ਦੋਤੋ ਸਤਿ ਸ਼੍ਰੀ ਅਕਾਲ ਮੈਂ ਅਮਰਜੋਤ ਸਿੰਘ ਪਰ ਦੁਬਾਰਾ ਸਪਾਊਸ ਵੀਜ਼ਾ ਇੰਟਰਵਿਊ ਦਾ ਇੱਕ ਹੋਰ ਖਿਡਾਰੀ ਲੈ ਕੇ ਆਏ ਆ ਕੈਮਰੇ ਤੇ ਆ ਇੱਕ ਡਿਸਕਸ ਕਰਨ ਦੀ ਕਿ ਵੀ ਹੋ ਕੀ ਰਿਹਾ ਸਪਾਊਸ ਵੀਜ਼ਾ ਵਿੱਚ ਕੀ ਚੱਲ ਰਿਹਾ ਅੱਜ ਅੱਜ ਕੱਲ ਕਿਉਂਕਿ ਜਨਵਰੀ ਵਿੱਚ ਕੇਸਸ ਕਾਫੀ ਆ ਰਹੇ ਆ ਸੋ ਆ ਉਸ ਨਬਸ ਤੇ ਹੱਥ ਰੱਖਣਾ ਜ਼ਰੂਰੀ ਹੈ ਕਿ ਵੀ ਅੰਦਰ ਵਾਟਸ ਗੋਇੰਗ ਆਨ ਇਨਸਾਈਡ ਆਲ ਰਾਈਟ ਅਮਨਦੀਪ ਸਿੰਘ ਮੇਰੇ ਨਾਲ ਜੁੜੇ ਹੋਏ ਆ ਤੇ ਇਹ ਵੀ ਵੀਜ਼ਾ ਇੰਟਰਵਿਊ ਦੇ ਕਰ ਆਏ ਆ ਸ਼ਾਇਦ ਕੱਲ ਪਰਸੋ ਇਹ ਦੋ ਦਿਨ ਪਹਿਲਾਂ ਸ਼ਾਇਦ ਆਓ ਗੱਲ ਕਰਦੇ ਆ ਅਮਨਦੀਪ ਸਿੰਘ ਨਾਲ ਦੇਖਦੇ ਆ ਕਿ ਵੀ ਕੀ ਚੱਲ ਰਿਹਾ ਕਿਸ ਤਰ੍ਹਾਂ ਚੱਲ ਰਿਹਾ ਅਮਨਦੀਪ ਸਿੰਘ ਜੀ ਆਇਆਂ ਨੂੰ ਵੈਲਕਮ ਟੂ ਆਰ ਡਿਸਕਸ਼ਨ ਆਈ ਅਪਰੀਸ਼ੀਏਟ ਫਸਟ ਆਫ ਆਲ ਕਿ ਤੁਸੀਂ ਆ ਕੇ ਵੋਲੰਟੇਰਲੀ ਆਪਣੀ ਮਰਜ਼ੀ ਨਾਲ ਨਾ ਕਿਸੇ ਦਬਾਅ ਤੇ ਹਟਾ ਕਿ ਵੀ ਕਈ ਵਾਰ ਲੋਕ ਸੋਚਦੇ ਆ ਕਿ ਵੀ ਮੇਰੀ ਸ਼ਕਲ ਨਾਲ ਪਤਾ ਲੱਗ ਜਾਏ ਜੀ ਕਿਸ ਨੂੰ ਮੇਰੇ ਬਾਰੇ ਪਤਾ ਨਾ ਲੱਗ ਜਾਏ ਜੀ ਕੀ ਕੀ ਲੋਕ ਕੀ ਸੋਚਣਗੇ ਮੇਰੇ ਬਾਰੇ ਜੀ ਕੀ ਪਤਾ ਲੱਗ ਜਾਏਗਾ ਪਰ ਆਈ ਥਿੰਕ ਯੂ you stand out as courageous fellow kis tarah kis tarah hoya interview ki kuch hoya jandi sar pehla tusi agar if you don't mind je privacy nu breach na karde ho thoda bahut das de ho apna jinna bhi tusi das sakde ho ke toda background ki hai this is a spouse visa tade wife work permit te hai spouse apne study visa te hai pehla ta sachi kal sar saryan nu te sir main jidda ke mere wife utthe pr ne PR ਚਾਹ ਗੁੱਡ ਓਕੇ PR ਨੇ ਤੇ ਸਾਡੀ 2016 ਚ ਗੱਲ ਸਟਾਰਟ ਹੋਈ ਸੀ ਫੇਸਬੁੱਕ ਤੇ ਜੀ ਜੀ ਤੇ ਗੱਲ ਸਟਾਰਟ ਹੋਈ ਸਰ ਮੈਂ ਮੋਟਾ ਮੋਟਾ ਦੱਸੂਗਾ ਪਹਿਲਾਂ ਫਿਰ ਮੈਂ ਅਸੀਂ ਆਨੇ ਆ ਦੁਬਾਰਾ ਆਪਣੇ ਕੁਐਸਚਨ ਜਿਹੜੇ ਹੈਗੇ ਮੈਂ ਫਿਰ ਆਨੇ ਉੱਤੇ ਜੀ ਤੇ ਸਾਡੇ 3 ਸਾਲ ਗੱਲ ਕਰਨ ਤੋਂ ਬਾਅਦ ਅਸੀਂ ਮਤਲਬ ਮੈਰਿਜ ਦਾ ਡਿਸੀਜਨ ਲਿਆ ਸੀ ਤੇ ਘਰ ਦੇ ਐਗਰੀ ਨਹੀਂ ਸੀ ਇਸ ਕਰਕੇ ਅਸੀਂ ਜਿਹੜਾ ਹੈਗਾ ਸਾਡੀ ਲਵ ਮੈਰਿਜ ਜਿਹੜੀ ਅਸੀਂ ਇੱਕ ਲੋਅਰ ਤੋਂ ਜਾ ਕੇ ਕਰਵਾਈ ਆ ਮੈਰਿਜ ਮੈਰਿਜ ਕਰਾਈ ਤੁਸੀਂ ਮੇਰੇ ਖਾਲ ਮੰਦਿਰ ਚ ਕਰਾਈ ਜੇ ਦਿੱਲੀ ਜਾ ਕੇ ਕਿਤੇ ਹੋਰ ਜਾ ਕੇ ਹਾਂਜੀ ਹਾਂਜੀ ਸਰ ਦਿੱਲੀ ਜਾ ਕੇ ਹੋ ਸਕਦਾ ਅੱਛਾ ਸਰ ਓਕੇ ਸਰ ਉਹ ਸਾਰਾ ਅਸੀਂ ਹੁਣ ਡਿਸਕਸ ਕਰਾਂਗੇ ਫਿਰ 1 ਬਾਈ 1 ਸਟੈਪ ਬਾਈ ਸਟੈਪ ਮਤਲਬ ਮੈਂ ਤੁਹਾਨੂੰ ਜਿੱਦਾਂ ਦੇ ਕੁਐਸਚਨ ਕੁਐਸਚਨ ਚ ਹੀ ਹੋ ਜਾਣਾ ਸਰ ਸਾਰਾ ਡਿਸਕਸ ਕਿਉਂਕਿ ਜਿੱਦਾਂ ਦੇ ਮੈਨੂੰ ਕੁਐਸਚਨਸ ਉੱਥੇ ਹੋਏ ਆ ਉਹਦੇ ਵਿੱਚ ਸਾਰਾ ਕੁਝ ਇਹ ਜਿਹੜਾ ਆ ਜਾਣਾ ਹੈ ਡਿਸਕਸ ਹੋ ਜਾਣਾ ਸਰ ਜੀ ਐ ਸਪੈਸ਼ਲੀ ਜਿਹੜੇ ਮੰਦਿਰ ਮੰਦਿਰ ਵਾਲੇ ਮੈਰਿਜਸ ਹਨਾ ਕੇਸ ਮੈਂ ਥੋੜਾ ਡਰਦਾ ਮੈਨੂੰ ਥੋੜਾ ਜਿਹਾ ਇੱਕ ਘਬਰਾਹਟ ਹੁੰਦੀ ਹੈ ਕਿ ਮੰਦਿਰ ਤੇ ਪੰਜਾਬ ਦੇ ਲੋਕ अगर कोई मैरिज दी प्रॉब्लम करके दिल्ली गाजियाबाद या किते और ज्यूरिसडिक्शन पे जाके मंदिर दी मैरिज करायंदे ना स्पेशली किसी लॉयर ਨੂੰ ਲੈ ਕੇ ਫਿਰ ਇੱਕ چھوٹਾ ਜਿਹਾ ਹਵਨ ਕੁੰਡ ਦੇ ਵਿੱਚ ਉਹ ਫੇਰੇ ਪੂਰੇ પા ਕੇ ਤੇ ਮੈਨੂੰ ਥੋੜਾ ਡਰ ਲੱਗ ਜਾਂਦਾ ਕਿ ਵੀ ਇਹ ਕਿਉਂ ਕਰਾਇਆ ਇਹਦੇ ਬਾਰੇ ਮੈਂ ਕਈ ਵੀਡੀਓਜ਼ ਹੀ ਪਹਿਲਾਂ ਬਣਾਈ ਸੀ ਅਸ ਤੋਂ 3-4 ਸਾਲ ਪਹਿਲਾਂ ਦੀ ਕਾਫੀ ਵੀਡੀਓਜ਼ ਹੈ ਮੇਰੀ ਕਿ ਮੈਂ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਸੀ ਅਗਰ ਜੇ ਕਰਨਾ ਹੈ ਤੇ ਪੁਲਿਸ ਆਪਣੇ ਹੀ ਸਰਕਲ 'ਚ ਕਰੋ ਮਤਲਬ ਪੰਜਾਬ ਕਰੋ ਜਾਂ ਉੱਥੇ ਕੁਝ ਅਗਰ ਕਰੋ ਦੂਰ ਜਾਂਦੀ ਲੋੜ ਨਹੀਂ ਹੈ ਦੂਸਰਾ ਹੈ ਕਿ ਪ੍ਰੋਪਰ ਇੱਕ ਮੰਦਿਰ ਦਾ ਇੱਕ ਪੂਰਾ ਰਜਿਸਟ੍ਰੇਸ਼ਨ ਚੈੱਕ ਕਰੋ ਲਾਇਸੈਂਸ ਚੈੱਕ ਕਰੋ ਫਿਰ ਉਹਦੇ ਵਿੱਚ ਗੈਸਟ ਗੈਸਟ ਬਲਾਉ ਸਾਰਾ ਕਰੋ ਪ੍ਰੋਪਰ ਮਤਲਬ ਕਰੋ ਅਗਰ ਜੇ ਛੋਟਾ ਮोटा ਕਰਦੇ ਜਿਵੇਂ ਅਸੀਂ ਟਾਈਮ ਪਾਸ ਕਰਦੇ ਆ ਵੀਜ਼ਾ ਆਫੀਸਰ ਸੈਟੀਸਫਾਈ ਨਹੀਂ ਹੁੰਦਾ ਵੀਜ਼ਾ ਆਫੀਸਰ ਮਤਮਨ ਨਹੀਂ ਹੁੰਦਾ ਇਸ ਚੀਜ਼ ਨਾਲ ਪਰ ਐਨੀਵੇ ਤੁਹਾਡੀ ਤੁਹਾਡੀ ਕਹਾਣੀ ਤੇ ਥੋੜਾ ਬਹੁਤ ਬੈਕਗਰਾਉਂਡ ਦਿੱਤਾ ਤੇ ਹੁਣ ਦੱਸੋ ਕਿ ਵੀ ਜਾਂਦੇ ਸਰ ਵੀਜ਼ਾ ਆਫੀਸਰ ਆਉਣਾ ਚਾਹੁੰਗਾ ਸੋਰੀ ਸਰ ਮੈਂ ਤੁਹਾਨੂੰ ਡਿਸਟਰਬ ਕਰ ਰਿਹਾ ਕਰਨਾ ਚਾਹਾਂਗਾ ਕਿ ਸਰ ਮੇਨ ਗੱਲ ਹੈ ਕਿ ਮੰਦਿਰ ਚ ਇਦਾਂ ਲੋਅਰ ਤੋਂ ਜਾਂਦੇ ਕਿਉਂ ਆ ਲੋਕ ਪਹਿਲਾਂ ਸਭ ਤੋਂ ਵੱਡੀ ਗੱਲ ਇਹ ਆਂਦੀ ਹੈ ਸਰ ਕਿਉਂਕਿ ਅਸੀਂ ਜਦੋਂ ਆਪਣੇ ਕਿਤੇ ਗੁਰਦੁਆਰੇ ਸਾਹਿਬ ਚ ਅਸੀਂ ਪੁੱਛਣ ਜਾਂਦੇ ਆ ਤੇ ਜਿੱਦਾਂ ਮੈਂ ਪੁੱਛਣ ਗਿਆ ਸੀ ਤੇ ਉਹਨਾਂ ਨੇ ਮੈਨੂੰ ਮਨਾ ਕਰ ਦਿੱਤਾ ਸੀ ਕਹਿੰਦੇ ਕਿ ਜੇ ਕੁੜੀ ਦੇ ਘਰ ਵਾਲੇ ਐਗਰੀ ਨਹੀਂ ਹੈਗੇ ਤੇ ਅਸੀਂ ਮਤਲਬ ਤੁਹਾਡੀ ਮੈਰਿਜ ਨਹੀਂ ਕਰਵਾ ਸਕਦੇ ਕਿ ਇਹ ਇੱਕ ਸਰ ਸਾਨੂੰ ਮਤਲਬ ਇਸ ਬਾਰੇ ਅਸੀਂ ਜਾਗਰੂਕ ਨਹੀਂ ਹੈਗੇ ਆ ਕਿ ਜੇ ਅਸੀਂ ਅਡਲਟ ਹੈਗੇ ਆ ਤੇ ਅਸੀਂ ਕਿਤੇ ਵੀ ਕਰਵਾ ਸਕਦੇ ਆ ਮੈਰਿਜ ਥੈਟਸ ਗੁੱਡ ਥੈਟਸ ਗੁੱਡ ਬਿਲਕੁਲ ਬਿਲਕੁਲ ਹਾਂਜੀ ਸਰ ਜਾਗਰ ਜਾਗਰਤਾ ਇਹ ਲੋਕਾਂ ਚ ਆਣੀ ਚਾਹੀਦੀ ਹੈ ਤੇ ਜੇ ਗੁਰਦੁਆਰੇ ਵਾਲੇ ਰਿਫਿਊਜ਼ ਕਰਦੇ ਪਏ ਉਹ ਕਿਸ ਬੇਸ ਤੇ ਜੇ ਕੁੜੀ ਦੇ ਘਰ ਵਾਲੇ ਨਹੀਂ ਮੰਨਦੇ ਤੇ ਉਹ ਮਤਲਬ ਕਿਉਂ ਰਿਫਿਊਜ਼ ਕਰ ਰਹੇ ਨੇ ਕਿ ਅਸੀਂ ਦੋਵੇਂ ਅਡਲਟ ਆ ਤਾਂ ਕਿਉਂ ਰਿਫਿਊਜ਼ ਕਰ ਰਹੇ ਨੇ ਸਰ ਇਹ ਸਰ ਬਹੁਤ ਅ ਸਟੈਪ ਮਤਲਬ ਇਹ ਅੱਗੇ ਮਤਲਬ ਕਿਸੇ ਨੇ ਵੀ ਕਰਵਾਣੀ ਹੋਵੇ ਇਹ ਇਹ ਸਵਾਲ ਜ਼ਰੂਰ ਪੁੱਛਣਾ ਚਾਹੀਦਾ ਸਰ ਉਹਨਾਂ ਨੂੰ ਲੇਕਿਨ ਅਮਨਦੀਪ ਮੈਨੂੰ ਇਹ ਮੈਨੂੰ ਪਤਾ ਹੈ ਪਰਸਨ ਨੋਲੇਜ ਹੈ ਮੇਰੇ ਕੋਲ ਕਲਾਇੰਟਸ ਕੁਝ ਹੈ ਇਸ ਤਰ੍ਹਾਂ ਦੇ ਜਿਨ੍ਹਾਂ ਨੇ ਅਗਰ ਕੋਈ ਪ੍ਰੋਬਲਮ ਹੈ ਮੈਰਿਜ ਦੀ ਕੋਈ ਆਬਸਟ੍ਰਕਸ਼ਨ ਹੈ ਜਾਂ ਤੇ ਇੰਟਰ ਰਿਲੀਜੀਅਨ ਇੰਟਰ ਕਾਸਟ ਜਾਂ ਕੋਈ ਹੋਰ ਕੋਈ ਪ੍ਰੋਬਲਮ ਹੈ ਜਿਹੜੀ ਸਮਾਜਿਕ ਪ੍ਰੋਬਲਮ ਹੈ ਉਹਦੇ ਕਰਕੇ ਅਗਰ ਉਹਨਾਂ ਨੇ ਹਾਈ ਕੋਰਟ ਦਾ ਸਹਾਰਾ ਚੰਡੀਗੜ੍ਹ ਸੌਰੀ ਮੋਹਾਲੀ ਵਿੱਚ ਜਿਹੜਾ ਹਾਈ ਕੋਰਟ ਹੈ ਉੱਥੇ ਜਾ ਕੇ ਅਗਰ ਤੁਸੀਂ ਵਿਆਹ ਕਰਾਓਗੇ ਐਜ਼ ਅਡਲਟ ਤੁਸੀਂ ਸਪੈਸ਼ਲ ਮੈਰਿਜ ਐਕਟ ਹੇਠਾਂ ਤੁਸੀਂ ਮੈਰਿਜ ਕਰਵਾ ਸਕਦੇ ਹੋ ਤੁਹਾਨੂੰ ਮੰਦਰ ਜਾਂ ਰਿਲੀਜੀਅਸ ਜਾਂਦੀ ਰੋਲ ਨਹੀਂ ਹੈ ਜੀ ਸਰ ਪਰ ਸਰ ਨੋਲੇਜ ਦੀ ਜਿਹੜੀ ਹੈ ਨਾ ਨੋਲੇਜ ਦੀ ਕਮੀ ਕਿਉਂਕਿ ਹੁਣ ਕਈ ਵਾਰ ਬੰਦਾ ਕੀ ਹੁੰਦਾ ਹੈ ਕਿ ਪਹਿਲੀ ਵਾਰ ਇਹੋ ਜੀ ਚੀਜ਼ ਕਰ ਰਿਹਾ ਹੁੰਦਾ ਤੇ ਉਹਨੂੰ ਨੋਲੇਜ ਨਹੀਂ ਹੁੰਦੀ ਕਿ ਪੂਰੀ ਪ੍ਰੋਪਰ ਨੋਲੇਜ ਨਹੀਂ ਹੁੰਦੀ ਹੈ ਕਿ ਇਹ ਮੈਂ ਤਾਂ ਮੈਂ ਤਾਂ ਮਤਲਬ ਇਸੇ ਨੂੰ ਹੀ ਕੋਟ ਮੈਰਿਜ ਸਮਝਦ ਰਹੇ ਹਾਂ ਜੋ ਹੋਏਗਾ ਮੈਂ ਕਿਹਾ ਇਹ ਕੋਟ ਮੈਰਿਜ ਹੀ ਹੋ ਗਈ ਹੈ ਸਰ ਜੀ ਦੇਖੋ ਦੇਖੋ ਮੈਨੂੰ ਹੁਣ ਚੇਤਾ ਆ ਗਿਆ ਕਿ ਤੁਹਾਡੇ ਨਾਲ ਮੇਰੀ ਗੱਲਬਾਤ ਹੋ ਰਹੀ ਸੀ ਤੇ ਤੁਸੀਂ ਵੀ ਕੈਸੀ ਨਹੀਂ ਜੀ ਅਸੀਂ ਮੈਰਿਜ ਕਰਾ ਲਈ ਕੋਟ ਮੈਰਿਜ ਹੈ ਭਈ ਇਹ ਕੋਟ ਮੈਰਿਜ ਨਹੀਂ ਹੈ ਇਹ ਤੁਸੀਂ ਰਜਿਸਟ੍ਰੇਸ਼ਨ ਕਰਾਈ ਹੈ ਰਿਲੀਜੀਅਸ ਮੈਰਿਜ ਦੀ ਕੋਟ कोर्ट मैरिज ਤੇ ਹੁੰਦਾ ਕਿ ਤੁਸੀਂ ਐਸ ਡੀ ਐਮ ਜਾਂ ਡੀ ਐਮ ਜੋ ਵੀ ਉੱਥੇ ਅਫਸਰ ਹੈ ਉਹਨਾਂ ਦੇ ਸਾਹਮਣੇ ਜਾ ਕੇ ਤੁਸੀਂ ਕਹੋ ਕਿ ਆਈ ਐਮ ਗੇਟਿੰਗ ਮੈਰਿਡ ਅੰਡਰ ਸਪੈਸ਼ਲ ਮੈਰਿਜ ਐਕਟ 1954 chhad, 54 ਐਸਐਸਟੀ 54 ਐਸ਼ਟ ਸੋ ਉਹਦੇ ਉਸ ਐਕਟ ਦੇ ਹਿਟਾ ਅਸੀਂ ਮੈਰਿਜ ਕਰਨੀ ਹੈ ਤੇ ਉਹ ਜੋ ਵੀ ਪ੍ਰੋਸੀਜਰ ਇਨ ਫੈਕਟ ਪਿਛਲੇ ਸਾਲ ਇੱਕ ਕੇਸ ਵੀ ਆਇਆ ਸੀ ਅਲਾਬਾਦ ਕੋਰਟ ਕੇਸ ਆਇਆ ਥੀ ਜਿਹਦੇ ਵਿੱਚ ਉਹਨਾਂ ਨੇ ਇਸ ਤਰ੍ਹਾਂ ਇੱਕ ਇੱਕ ਰਿਕੁਆਇਰਮੈਂਟ ਸੀ ਪਹਿਲਾਂ ਕਿ ਵੀ ਅਸੀਂ ਤੁਹਾਡੇ ਮਾਪੇ ਨੂੰ ਨੋਟਿਸ ਭੇਜਾਂਗੇ ਤੇ ਉਹਨੂੰ ਉਹਨੂੰ ਤੁਸੀਂ ਆਓਗੇ ਪਹਿਲਾਂ ਕਰੋਗੇ ਤੇ ਉਹ ਵੀ ਉਹਨਾਂ ਕੰਡੀਸ਼ਨ ਖਤਮ ਹੋ ਗਈ ਡੈਟ ਮੀਨਸ ਕਿ ਅੱਜ ਦੋ ਐਡਲਟ ਜਾ ਕੇ ਜਿੱਥੇ ਮਰਜ਼ੀ 올ਓਵਰ ਦੀ 올ਓਵਰ ਇੰਡੀਆ ਜਿਹੜੇ ਮਰਜ਼ੀ ਹਾਈ ਕੋਰਟ ਜਾ ਕੇ ਮੈਰਿਜ ਕਰਵਾ ਸਕਦੇ ਕਿਸੇ ਨੂੰ ਨੋਟਿਸ ਨਹੀਂ ਭੇਜਿਆ ਜਾਏਗਾ ਪਰ ਪਰ ਜਿਹੜੇ ਜਿਹੜੇ ਵਕੀਲਾਂ ਨੇ ਇਹ ਧੰਦਾ ਬਣਾਇਆ ਨਾ ਮੈਰਿਜ ਰਜਿਸਟ੍ਰੇਸ਼ਨ ਦਾ ਕਿਸੇ ਤੋਂ 25000 ਕਿਸੇ ਤੋਂ 28000 ਕਿਸੇ ਤੋਂ 50000 ਲੈ ਕੇ ਉਹ ਦਿੱਲੀ ਚਲੋ ਜੀ ਆਓ ਜੋ ਜੀ ਕਰਦ ਕੇ ਆ ਜਾਓ ਇਹ ਸਾਰਾ ਇੱਕ ਇੱਕ ਰੈਕਟ ਹੈ ਤੇ ਅਗਰ ਕਿਸੇ ਨੂੰ ਹੋਰ ਕੁਝ ਪਤਾ ਕਰਨਾ ਹੈ ਤੇ ਗੂਗਲ ਤੇ ਜਾ ਕੇ ਤੁਸੀਂ ਪਤਾ ਕਰ ਲੋ ਗਾਜ਼ੀਆਬਾਦ ਮੈਰਿਜ ਫਰਾਡ ਟਾਈਪ ਕਰ ਲੋ ਤੁਹਾਨੂੰ ਕਈ ਸਾਰੇ ਉਸ ਟਾਈਮ ਦੇ ਜਿਹੜੇ ਕਾਫੀ ਮੰਦਰਾਂ ਵਿੱਚ ਰੇਡ ਪਾਈ ਸੀ ਜਿਹੜੇ ਲੋਕਲ ਪੁਲਿਸ ਨੇ ਤੇ ਹੋਰ ਵੀ ਜਿਹੜੇ ਅਧਿਕਾਰੀਆਂ ਨੇ ਤੇ ਉਹ ਤੁਹਾਨੂੰ ਉਹ ਤੁਸੀਂ ਦੇਖ ਸਕਦੇ ਹੋ ਐਨੀਵੇ ਸੋ ਦੈਟਸ ਦੈਟਸ ਵਾਟ ਹੁਣ ਹੁਣੇ ਦੱਸੋ ਹੁਣੇ ਦੱਸੋ ਕਿ ਤੁਹਾਡੀ ਮੈਰਿਜ ਮੰਦਰ ਦੀ ਮੈਰਿਜ ਹੈ ਤੇ ਵੀਜ਼ਾ ਅਫਸਰ ਵੀ ਤੁਹਾਡੇ ਲਈ ਉਹ ਸਮਾਨ ਤਿਆਰ ਕਰਕੇ ਬੈਠਾ ਹੋਗਾ ਕਿ ਆ ਜਾਏ ਤੇ ਇਹਨੂੰ ਸਵਾਲ ਪੁੱਛਣਗੇ ਤੇ ਦੱਸੋ ਦੱਸੋ ਕਿਸ ਤਰ੍ਹਾਂ ਕਿਸ ਕਿਸ ਤਰ੍ਹਾਂ ਹੋਇਆ ਫਿਰ ਮੈਨੂੰ ਪਹਿਲਾਂ ਹੀ ਮਤਲਬ ਜਿਹੜਾ ਕੁਐਸਚਨ ਉਹਨਾਂ ਨੇ ਇਹੀ ਪੁੱਛਿਆ ਸੀ ਕਹਿੰਦੇ ਆਰ ਜੂ ਸਿੱਖ ਮੈਂ ਕਿਹਾ ਹਾਂਜੀ ਮੈਂ ਸਿੱਖ ਹਾਂ ਅਜਾ ਤੱਲ ਲੱਗਿਆ ਕਿ ਮੰਦਰ ਕਿਉਂ ਗਿਆ اچھا ਠੀਕ ਹੈ ਹਾਂਜੀ ਹਾਂਜੀ ਤੇ ਮਤਲਬ ਕਹਿੰਦੇ ਕਿ ਤੁਸੀਂ ਸਿੱਖ ਹੋ ਮੈਂ ਕਿਹਾ ਹਾਂਜੀ ਜੀ ਮੈਂ ਸਿੱਖ ਰਿਲੀਜੀਅਨ ਨੂੰ ਬਿਲੋਂਗ ਕਰਦਾ ਹਾਂ ਤੇ ਕਹਿੰਦੇ ਤੁਸੀਂ ਮੰਦਰ ਚ ਜਾ ਕੇ ਮੈਂ ਕਿਹਾ ਦੇਖੋ ਮੈਮ ਕਿ ਮਤਲਬ ਸਾਡੀ ਜੋ ਮੈਰਿਜ ਹੈ ਉਹ ਮਤਲਬ ਲੋਅਰ ਦੇ ਥਰੂ ਹੋਈ ਹੈ ਤੇ ਲੋਅਰ ਨੇ ਕਰਵਾਈ ਹੈ ਤੇ ਮੈਨੂੰ ਇਹਦੇ ਬਾਰੇ ਮੈਰਿਜ ਬਾਰੇ ਜਿਆਦਾ ਪਤਾ ਨਹੀਂ ਸੀ ਉਸ ਟਾਈਮ ਕਿ ਲੋਅਰ ਨੇ ਜਿੱਦਾਂ ਗਿਆ ਕਿ ਆਪਾਂ ਉਦਾਂ ਹੀ ਮਤਲਬ ਮੈਰਿਜ ਕੀਤੀ ਹੈ ਕਿਉਂਕਿ ਕਹਿੰਦੇ ਤੁਸੀਂ ਲੋਅਰ ਤੋਂ ਕਿਉਂ ਗਏ ਤੁਸੀਂ ਪਹਿਲਾਂ ਮੈਂ ਕਿਹਾ ਨਹੀਂ ਅਸੀਂ ਪਹਿਲਾਂ ਗੁਰਦੁਆਰੇ ਗਏ ਸੀ ਗੁਰਦੁਆਰੇ ਜਾ ਕੇ ਅਸੀਂ ਉੱਥੇ ਉਹਨਾਂ ਨਾਲ ਗੱਲ ਕੀਤੀ ਸੀ ਕਿ ਇਦਾਂ ਕਿ ਕੁੜੀ ਦੇ ਘਰ ਵਾਲੇ ਰਾਜੀ ਨਹੀਂ ਹੈਗੇ ਆ ਕਿ ਸਾਡੀ ਮੈਰਿਜ ਹੋ ਸਕਦੀ ਹੈ ਤੇ ਉਹਨਾਂ ਨੇ ਸਾਫ ਮਨਾਂ ਕਰ ਦਿੱਤਾ ਕਿ ਨਹੀਂ ਕਿ ਤਾਂ ਨਹੀਂ ਹੋ ਸਕਦਾ ਤੇ ਇਸ ਕਰਕੇ ਅਸੀਂ ਸਾਨੂੰ ਲੋਅਰ ਦਾ ਸਹਾਰਾ ਲੈਣਾ ਪਿਆ ਤੇ ਮਤਲਬ ਸਾਡੀ ਮੈਰਿਜ ਇਸ ਤਰੀਕੇ ਨਾਲ ਹੋਈ ਹੈ ਫਿਰ ਫਿਰ ਅਸਰ ਬਾਅਦ ਚ ਇਹ ਗੱਲ ਤੇ ਆਨੇ ਆ ਫਿਰ ਉਸ ਤੋਂ ਬਾਅਦ ਸਾਡੀ ਹੋਰ ਗੱਲ ਸਟਾਰਟ ਹੋ ਗਈ ਸੀ ਨਾਲ ਹੀ ਉਹ ਕਹਿੰਦੇ ਕਿ ਤੁਸੀਂ ਕਿੱਦਾਂ ਮਿਲੇ ਜੀ ਉਹਨਾਂ ਨੇ ਮੈਨੂੰ ਕੁਐਸਚਨ ਕਰਤਾ ਕਿ ਤੁਸੀਂ ਕਿੱਦਾਂ ਮਿਲੇ ਮੈਂ ਕਿਹਾ ਫੇਸਬੁੱਕ ਤੇ ਮਿਲੇ ਸੀ ਕਹਿੰਦੇ ਕਿਨੇ ਗੱਲ ਕਰਨੀ ਸਟਾਰਟ ਕੀਤੀ ਕਿਨੇ ਚੈਟ ਸਟਾਰਟ ਕੀਤੀ ਮੈਂ ਕਿਹਾ ਮੈਂ ਹੀ ਕੀਤੀ ਸੀ ਤੇ ਕਹਿੰਦੇ ਸਿੱਧੀ ਗੱਲ ਕਰਨੀ ਸਟਾਰਟ ਕਰ ਦਿੱਤੀ ਮੈਂ ਕਿਹਾ ਨਹੀਂ ਅਸੀਂ ਬਾਈ ਨੇਮ ਜਾਣਦੇ ਸੀ ਬਟ ਕਦੇ ਮਿਲੇ ਨਹੀਂ ਸੀ ਕਹਿੰਦੇ ਉਹ ਕਿਵੇਂ ਮਤਲਬ ਦੱਸੋ ਤੁਸੀਂ ਐਕਸਪਲੇਨ ਕਰੋ ਕਿ ਉਹ ਕਿਵੇਂ ਤੇ ਫਿਰ ਮੈਂ ਸਰ ਉਹਨਾਂ ਨੂੰ ਦੱਸਿਆ ਕਿ ਮਤਲਬ ਇਦਾਂ ਇਦਾਂ ਕਿ ਦੂਰ ਦੀ ਰਿਸ਼ਤੇਦਾਰੀ ਹੈ ਕਹਿੰਦੇ ਐਕਸਪਲੇਨ ਕਰੋ ਇਸ ਚੀਜ਼ ਕਿ ਮੈਂ ਕਿਹਾ ਜਿੱਦਾਂ ਕਿ ਮੇਰੇ ਮਾਮੀ ਦੀ ਸਿਸਟਰ ਨੇ ਤੇ ਕਹਿੰਦੇ ਅੱਛਾ ਕਹਿੰਦੇ ਕਿ ਤੁਸੀਂ ਆਪਣੇ ਮੰਮੀ ਦੇ ਸਿਸਟਰ ਨਾਲ ਕਰਵਾਈ ਹੈ ਮੈਂ ਕਿਹਾ ਹਾਂਜੀ ਕਿ ਮੈਂ ਕਿਹਾ ਸਾਡੇ ਚ ਹੋ ਜਾਂਦੀ ਹੈ ਇਸੇ ਕਰਕੇ ਮੈਂ ਕਿਹਾ ਜੇ ਨਾ ਹੁੰਦੀ ਹੋਵੇ ਤਾਂ ਮੇਰੇ ਘਰ ਦੇ ਵੀ ਰਿਸ਼ਤਾ ਲੈ ਕੇ ਨਾ ਜਾਂਦੇ ਉਹਨਾਂ ਤੋਂ ਕਿ ਮੇਰੇ ਘਰ ਦੇ ਵੀ ਰਿਸ਼ਤਾ ਲੈ ਕੇ ਗਏ ਸੀ ਤੇ ਤੇ ਕਹਿੰਦੇ ਅੱਛਾ ਕੌਣ ਲੈ ਕੇ ਗਿਆ ਸੀ ਰਿਸ਼ਤਾ ਮੈਂ ਕਿਹਾ ਮੇਰੇ ਮੰਮੀ ਤੇ ਮਾਸੀ ਗਏ ਸੀ ਮੈਂ ਕਿਹਾ ਉਹਨਾਂ ਨੇ ਰਿਫਿਊਜ਼ ਕਰ ਦਿੱਤਾ ਸੀ ਕਹਿੰਦੇ ਉਹਨਾਂ ਨੇ ਰਿਫਿਊਜ਼ ਕਿਉਂ ਕੀਤਾ ਮੈਂ ਕਿਹਾ ਰਿਫਿਊਜ਼ ਕਰ ਮਤਲਬ ਇਸ ਕਰਕੇ ਕੀਤਾ ਸੀ ਇੱਕ ਤਾਂ ਲਵ ਮੈਰਿਜ ਦੇ ਅਗੇਂਸ ਸੀ ਉਹ ਤੇ ਦੂਸਰੀ ਸਾਡਾ ਮਤਲਬ ਏਜ ਦਾ ਡਿਫਰੈਂਸ ਕਹਿੰਦੇ ਅੱਛਾ ਅੱਛਾ ਕਹਿੰਦੇ ਏਜ ਡਿਫਰੈਂਸ ਏਜ ਡਿਫਰੈਂਸ ਕਹਿੰਦੇ ਠੀਕ ਹੈ ਕਹਿੰਦੇ ਏਜ ਡਿਫਰੈਂਸ ਇੰਨਾ ਜ਼ਿਆਦਾ ਕਿਉਂ ਹੈਗਾ ਹੈ ਤੁਹਾਡਾ 8 ਜਾਂ 9 ਸਾਲ ਦਾ ਕਿਉਂ ਹੈਗਾ ਏਜ ਡਿਫਰੈਂਸ ਕਿਉਂ ਹੈਗਾ ਮੈਂ ਕਹਾ ਦੇਖੋ ਮੈਂ ਜਿਹੜੀ ਅਸੀਂ ਗੱਲ ਕਰਨੀ ਸਟਾਰਟ ਕੀਤੀ ਆ ਅਸੀਂ ਐਜ਼ ਅ ਫਰੈਂਡ ਦੇਖੋ ਪਹਿਲਾਂ ਗੱਲ ਕਰਨੀ ਸਟਾਰਟ ਕੀਤੀ ਆ ਫਿਰ ਉਸ ਤੋਂ ਬਾਅਦ ਸਾਡੀ ਮਤਲਬ ਅੱਗੇ ਜਿੱਦਾਂ ਗੱਲ ਵਧੀ ਹੋਈ ਆ ਕਿ ਅਸੀਂ ਮਤਲਬ ਇੱਕ ਬੌਂਡਿੰਗ ਹੋਈ ਆ ਸਾਡੀ ਅੰਡਰਸਟੈਂਡਿੰਗ ਹੋਈ ਆ ਤੇ ਫਿਰ ਉਸ ਤੋਂ ਬਾਅਦ ਜਾ ਕੇ ਮਤਲਬ ਸਾਡੀ ਫਿਰ ਮੈਰਿਜ ਹੋਈ ਆ ਕਹਿੰਦੀ ਕਿ ਮਤਲਬ ਏਜ ਗੈਪ ਇਹ ਏਜ ਗੈਪ ਤੂੰ ਹੀ ਸਿਰ ਪੀਆਰ ਲਈ ਕਰਵਾਉਣਾ ਚਾਹੁੰਦੇ ਹੋ ਹੋਰ ਤੁਹਾਡਾ ਕੋਈ ਮਤਲਬ ਇਹ ਦੇ ਵਿੱਚ ਮੈਨੂੰ ਕੋਈ ਉਹ ਲੱਗਦਾ ਨਹੀਂ ਤੁਸੀਂ ਪੀਆਰ ਹੋਣ ਲਈ ਕਰਵਾਉਣਾ ਚਾਹੁੰਦੇ ਆ ਮੈਂ ਕਿਹਾ ਕਿ ਮੈਂ ਜੇ ਮੈਂ ਪੀਆਰ ਹੋਣ ਲਈ ਕਰਵਾਉਣਾ ਹੁੰਦਾ ਤੇ ਮੈਂ ਇੰਨੇ ਸਾਲ ਵੇਟ ਕਿਉਂ ਕਰਦਾ ਮੈਂ ਉਹਨੂੰ 2017 ਚ ਕਹਿੰਦਾ ਕਿ ਤੂੰ ਇੱਥੇ ਆ 2000 ਮਤਲਬ 17 ਚ ਜਾਂ 18 ਚ ਜਾਂ ਫਿਰ ਮੈਂ 19 ਚ ਜਾ ਕੇ ਕਿਉਂ ਕਰਵਾਈ ਆ ਤੇ ਮੈਂ ਮੈਂ ਉਹਨੂੰ ਕਰਦਾ ਇੱਥੇ ਆਣ ਲਈ ਇਹ ਸਰ ਮਤਲਬ ਗੱਲ ਤੁਹਾਡੇ ਨਾਲ ਮੇਰੀ ਪਹਿਲਾਂ ਵੀ ਡਿਸਕਸ ਹੋਈ ਸੀ ਜੀ ਕਿ ਹਾਂਜੀ ਤੇ ਕਹਿੰਦੇ ਕਹਿੰਦੇ ਨਹੀਂ ਨਹੀਂ 3 ਸਾਲ ਕਹਿੰਦੇ 3 ਸਾਲ ਕੀ ਹੁੰਦੇ ਕਹਿੰਦੇ ਕੁਝ ਨਹੀਂ ਹੁੰਦੇ 3 ਸਾਲ ਮੈਂ ਕਿਹਾ ਮੈਂ ਕਿਹਾ ਮੈਮ ਕਿ ਮਤਲਬ 3 ਸਾਲ ਕੋਈ ਕੋਈ ਮੈਂ ਕਿਹਾ ਸਾਡੀ ਤੁਸੀਂ ਵੀਡੀਓ ਕਾਲਸ ਇੰਨੀਆਂ-ਇੰਨੀਆਂ ਹੋ ਰਹੀਆਂ ਹਨ ਮਤਲਬ ਉਹ ਤੁਸੀਂ ਦੇਖ ਸਕਦੇ ਹੋ ਚੈਟ ਹੋ ਰਹੀ ਹੈ ਕਹਿੰਦੇ ਚੈਟ ਦਿਖਾ ਆਪਣੀ ਕਹਿੰਦੇ ਚੈਟ ਦੋ ਮੈਂ ਫੇਸਬੁੱਕ ਦੀ 6 ਸਾਲ ਦੀ ਚੈਟ ਕੱਢ ਕੇ ਰੱਖਤੀ ਅੱਗੇ ਕਹਿੰਦੇ ਚੈਟ ਹੀ ਨਹੀਂ ਹੈ ਕਿਉਂਕਿ ਸਰ 1052 ਪੇਜ ਸਾਡੇ ਨਿਕਲਦੇ ਸੀ ਚੈਟ ਦੇ 1052 ਪੇਜ ਜੀ ਤੇ 1052 ਪੇਜ ਪ੍ਰਿੰਟ ਆਊਟ ਕਢਾਣੇ ਬੜੇ ਔਖੇ ਹੋ ਜਾਂਦੇ ਆ ਸਰ ਇੱਕ ਬੰਦੇ ਲਈ ਜੀ ਤੇ ਸਰ ਉਹਨੂੰ ਮੈਂ ਕੀ ਉਹਨੂੰ ਇੱਕ ਨਾ ਬੁੱਕ ਫਾਰਮੈਟ ਚ ਬਣਾਇਆ ਸੀ ਕਿ ਘੱਟ ਪੇਜ ਇੰਦਾ ਮਤਲਬ ਇੱਕ ਪੇਜ ਤੇ ਮਤਲਬ ਜਿੱਦਾਂ ਚਾਰ ਹਿੱਸਿਆਂ ਚ ਡਿਵਾਈਡ ਕੀਤਾ ਉਹਦੀ ਇੱਕ ਬੁੱਕ ਜੀ ਬਣ ਗਈ ਸੀ ਏਡੀ ਮੁੱਛ ਸਰ ਸਮਝ ਗਿਆ ਸਮਝ ਗਿਆ ਠੀਕ ਹੈ ਹਾਂ ਜੀ ਉਹ ਫਾਰਮੈਟ ਚ ਸਰ ਕੱਢੀ ਸੀ ਤੇ ਕਹਿੰਦੇ ਇਹ ਚੈਟ ਹੀ ਨਹੀਂ ਹੈ ਤੁਹਾਡੀ ਕਹਿੰਦੇ ਇਹ ਚੈਟ ਮੈਂ ਨਹੀਂ ਮੰਦੀ ਇਹ ਚੈਟ ਕਹਿੰਦੇ ਇਹ ਕੋਈ ਵੀ ਕਢਾ ਸਕਦਾ ਤੇ ਮੈਂ ਕਿਹਾ ਮੈਂ ਕਿੱਦਾਂ ਮਤਲਬ ਬਿਲਕੁਲ ਉੱਪਰ ਦੇਖੋ ਵੀਡੀਓ ਡਿਊਰੇਸ਼ਨ ਆ ਰਹੀ ਹੈ ਟਾਈਮਿੰਗ ਆ ਰਹੀ ਹੈ ਇਹ ਮਤਲਬ ਕਿਦਾਂ ਇਹ ਫੇਕ ਕਿਦਾਂ ਹੋ ਸਕਦਾ ਮੈਂ ਕਿਹਾ ਤੇ ਕਹਿੰਦੀ ਮੈਂ ਨਹੀਂ ਮੰਦੀ ਇਹ ਤੁਹਾਡੀ ਚੈਟ ਨੂੰ ਜੀ ਤੇ ਮੈਂ ਕਿਹਾ ਅੱਛਾ ਮੈਂ ਕਿਹਾ ਆ ਲੋ WhatsApp ਦੇਖ ਲੋ ਆ ਮੇਰੀ Gmail ਚੈਟ ਦੇਖ ਲੋ ਮੈਂ WhatsApp ਵਾਲੀ ਵੀ ਲੈ ਕੇ ਗਿਆ ਸੀ ਸਰ ਮੈਂ Gmail ਦੀ WhatsApp ਦੀ ਇਹ ਸੀ ਕਿ ਸਰ ਮੇਰੀ 2 ਸਾਲ ਪਹਿਲਾਂ ਦੀ ਡਿਲੀਟ ਹੋ ਗਈ ਸੀ ਮੈਂ ਫੋਨ ਚੇਂਜ ਕੀਤਾ ਸੀ ਬੈਕਅਪ ਨਹੀਂ ਸੀ ਉਹ ਤਾਂ 2018 ਤੋਂ ਸੀ ਮੈਸੈਂਜਰ ਦੀ ਮੇਰੀ 2016 ਤੋਂ ਪੂਰੀ ਸੀ ਜੀ ਤੇ ਜੀਮੇਲ ਦੀ ਜਿਹੜੀ ਹੈਗੀ ਹੈ ਜੀਮੇਲ ਤੇ ਅਸੀਂ ਜਿਆਦਾ ਜਿਹੜੀ ਕਨਵਰਸੇਸ਼ਨ ਮਤਲਬ ਜਿੱਦਾ ਅਟੈਚਮੈਂਟਸ ਭੇਜੀਆਂ ਹੈਗੀਆਂ ਸਭ ਕੁਝ ਉਹ 2017 ਸਾਡੀਆਂ 19 ਤੋਂ ਹੈਗੀਆਂ ਹੈ ਜੀ ਹਾਂਜੀ ਉਹ ਵੀ ਮੈਂ ਸਰ ਇਹਨਾਂ ਨੂੰ ਕਹਿੰਦੇ ਅੱਛਾ ਕਹਿੰਦੇ ਇਦਾਂ ਕਰੋ ਕਿ ਕਿ ਤੁਸੀਂ ਆਪਣੀ ਪਹਿਲੇ ਫਿਰ ਮੈਰਿਜ ਤੇ ਆਗੇ ਸਰ ਮੈਰਿਜ ਤੇ ਆਗੇ ਮੈਰਿਜ ਤੇ ਆਗੇ ਕਹਿੰਦੇ ਕਿ ਆ ਜਿਹੜੀ ਤੁਸੀਂ ਆਪਣੀ ਜਿਹੜੀ ਹੈ ਮੈਰਿਜ ਮੈਰਿਜ ਸਰਮਨੀ ਐਕਸਪਲੇਨ ਕਰੋ ਮੈਂ ਮੈਂ ਸਰ ਉੱਥੇ ਥੋੜਾ ਜਿਹਾ ਕਨਫਿਊਜ਼ ਹਾਂ ਮੈਂ ਕਿਹਾ ਮੈਂ ਮੈਰਿਜ ਸਰਮਨੀ ਤਾਂ ਸਾਡੀ ਹੋਈ ਨਹੀਂ ਹੈਗੀ ਐ ਕਿ ਲੋਅਰ ਦੇ ਥਰੂ ਲਈ ਹੈਗੀ ਕਿ ਅਸੀਂ ਬਾਅਦ ਚ ਮੈਂ ਕਿਹਾ ਕਿ ਮਤਲਬ ਕਜ਼ਨ ਤੇ ਨਾਲ ਜਾ ਕੇ ਮਤਲਬ ਹਾਂ ਇਹ ਸੀ ਕਿ ਮਤਲਬ ਡਿਨਰ ਵਗੈਰਾ ਕੀਤਾ ਸੀ ਤੇ ਹੋਰ ਤਾਂ ਕੋਈ ਮਤਲਬ ਹੋਈ ਨਹੀਂ ਹੈਗੀ ਕਹਿੰਦੀ ਕਿ ਨਹੀਂ ਕਹਿੰਦੀ ਕਰੋ ਤੁਸੀਂ ਮਤਲਬ ਜੋ ਜੋ ਤੁਹਾਡੀ ਮੈਰਿਜ ਚ ਹੋਇਆ ਕਿ ਉਹ ਉਹ ਦੱਸੋ ਰਹੀ ਹਾਂ ਮੈਂ ਕਿਹਾ ਕਿ ਮਤਲਬ ਅ ਅਸੀਂ ਫੇਰੇ ਲਏ ਆ ਅਸੀਂ ਜਿਹੜੇ ਸੰਦੂਰ ਭਰਿਆ ਆ ਫਿਰ ਆਪਣੇ ਮੰਗਲ ਸੂਤਰ ਪਾਇਆ ਤੇ ਫਿਰ ਹਾਰ ਪਾਏ ਆ ਮਤਲਬ ਪੰਡੇ ਜੀ ਮੰਤਰ ਪੜਦੇ ਸੀ ਤੇ ਫਿਰ ਇਦਾਂ ਕਹਿੰਦੀ ਤੁਸੀਂ ਸਾਰੀਆਂ ਫੋਟੋ ਸਬਮਿਟ ਕਰਵਾਈਆਂ ਤੇ ਇੱਕ ਫੇਰੀਆਂ ਦੀ ਕਿਉਂ ਨਹੀਂ ਕਰਵਾਈ ਹੈਗੀ ਹੂੰ ਤੇ ਉਹ ਸਰ ਮਤਲਬ ਇਹ ਗੱਲ ਤਾਂ ਮੈਨੂੰ ਵੀ ਡਾਊਟ ਆ ਕਿਉਂਕਿ ਮੈਂ ਪਹਿਲੇ ਵੀ ਨਹੀਂ ਕਰਵਾਈ ਹੋਈ ਸੀ ਜਿਹੜੀਆਂ ਉਹਨਾਂ ਤੋਂ ਪਈਆਂ ਸੀ ਉਹਦੇ ਵਿੱਚ ਮੈਂ ਮਤਲਬ ਆਪਣੀ ਫੇਰੀਆਂ ਦੀ ਫੋਟੋ ਨਹੀਂ ਸੀ ਸਾਡੀਆਂ ਕਿਉਂਕਿ ਮੇਰਾ ਦੋਸਤ ਫੋਟੋ ਖਿੱਚ ਰਿਹਾ ਸੀ ਵੀਡੀਓ ਬਣਾ ਰਿਹਾ ਸੀ ਕਿਉਂਕਿ ਮੇਰਾ ਫਰੈਂਡ ਹੀ ਬਣਾ ਰਿਹਾ ਸੀ ਤੁਸੀਂ ਫੇਰੇ ਦੀ ਫੋਟੋ ਸ਼ੇਅਰ ਲਈ ਨਹੀਂ ਜਿਆਦਾ ਮੇਰੇ ਖਿਆਲ ਇੱਕਦ ਸ਼ਾਇਦ ਬਹੁਤ ਹੀ ਲਿਮਿਟਡ ਹੋਣਗੀ ਸ਼ਰ ਸਰ ਮਤਲਬ ਹੁਣ ਵੀ ਮੈਂ ਦੇਖਦਾ ਫਿਆ ਮੈਨੂੰ ਫੇਰਿਆਂ ਦੀ ਫੋਟੋ ਦਿਖੀ ਨਹੀਂ ਮੈਂ ਮੈਂ ਹੁਣ ਹਾਂ ਦੈਟਸ ਅ ਬੀਕ ਐਕਚੁਅਲੀ ਇ ਕੈਚੁਅਲੀ ਬਹੁਤ ਸੀਰੀਅਸ ਇਹ ਸੀਰੀਅਸ ਪ੍ਰੋਬਲਮ ਹੈ ਫੋਰ ਮਤਲਬ ਕਿ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗਾ ਕਿ ਵੀ ਪਤਾ ਨਹੀਂ ਕਿਉਂ ਕੀ وجہ ਕੀ ਹੈ ਜਿੱਥੇ ਵੀ ਰਿਲੀਜੀਅਸ ਸੈਰਮਨੀ ਹੁੰਦੀ ਨਾ ਜਿਸ ਤਰ੍ਹਾਂ ਹੁਣ ਆਨੰਦ ਕਾਰਜ ਹੋ ਰਿਹਾ ਹੈ ਆਪਣਾ ਜਾਂ ਜਾਂ ਮੰਦਿਰ ਦੇ ਹਵਨ ਕੁੰਡ ਵਿੱਚ ਜਿਹੜੇ ਫੇਰੇ ਪੂਰੇ ਕਰ ਰਹੇ ਜਿਹੜੇ ਵੀਜ਼ਾ ਆਫੀਸਰ ਹਮੇਸ਼ਾ ਹੀ ਹਮੇਸ਼ਾ ਉਹਦੇ ਮਨ 'ਚ ਹੁੰਦਾ ਕਿ ਵੀ ਜਿਹੜੀ ਰਿਲੀਜੀਅਸ ਐਕਚੁਅਲ ਜਿਹੜੀ ਮੈਰਿਜ ਹੈ ਨਾ ਜਿਹਦੇ ਤਹਿਤ ਜਿਹੜੀ ਮੈਰਿਜ ਹੋ ਰਹੀ ਹੈ ਜਿਹੜੇ ਲਾਵਾ ਫੇਰੇ ਹੋ ਰਹੇ ਆ ਉਹਦੀ ਦਿਖਾਓ ਫੋਟੋਆਂ ਫਾਰ ਸਮ ਰੀਜ਼ਨ ਉਹਨਾਂ ਨੂੰ ਇਹ ਇੰਟਰਸਟ ਨਹੀਂ ਹੈ ਕਿ ਵੀ ਪਹਿਲਾਂ ਬਰਾਤ ਆਹੀ ਜੀ ਫਿਰ ਗਏ ਜੀ ਫਿਰ ਢੋਲੀ ਆ ਗਈ ਫਲਾਨਾ ਆ ਗਈ ਹੋ ਗਿਆ ਦੇ ਡੋਨਟ ਕੇਅਰ ਅਬਾਊਟ ਅਤਰਮ ਪਤਰਮ ਅਕਾ ਪਿਛਾ ਕੁਝ ਨਹੀਂ ਉਹ ਕਹਿੰਦੇ ਜੀ ਅੰਦਰ ਸੈਰੇਮਨੀ ਵਿੱਚ ਕੀ ਹੋ ਰਿਹਾ ਉਹਦੀ ਵੱਧ ਤੋਂ ਵੱਧ ਫੋਟੋ ਦਿਖਾਓ ਫਾਰ ਸਮ ਰੀਜ਼ਨ ਸਾਈਕੋਲੋਜੀਕਲ ਉਹਨਾਂ ਨੂੰ ਇਮਪ੍ਰੈਸ਼ਨ ਐ ਇਸ ਚੀਜ਼ ਦਾ ਐਨੀਵੇ ਪ ਤੇ ਸਰ ਮਿਰ ਤੋਂ ਉਸ ਵੇਲੇ ਮੈਂ ਮੈਂ ਕਿਹਾ ਕਿ ਮੈਂ ਮੇਰ ਤੋਂ ਹੋਣੀਆ ਜ਼ਰੂਰ ਆ ਬਟ ਮੈਨੂੰ ਮੈਨੂੰ ਹੁਣ ਇੱਥੇ ਮੈਂ ਲੈਂਦੀ ਨਹੀਂ ਹੈਗੀ ਕਹਿੰਦੇ ਕਿਉਂ ਨਹੀਂ ਲੱਗੇ ਕਹਿੰਦੇ ਮੈਂ ਨਹੀਂ ਤੁਹਾਡੀ ਮੈਰਿਜ ਨੂੰ ਮੰਦੀ ਫੇਕ ਆ ਸਭ ਕੁਝ ਏਦਾਂ ਦਾ ਕਹਿੰਦੇ ਮੈਂ ਨਹੀਂ ਮੰਦੀ ਹੈਗੀ ਇਹ ਮੈਰਿਜ ਨੂੰ ਮੈਂ ਕਿਹਾ ਮੈਮ ਮੈਰਿਜ ਫੇਕ ਨਹੀਂ ਹੈਗੀ ਮੈਰਿਜ ਬਿਲਕੁਲ ਹੈ ਮੇਰਾ ਦੋਸਤ ਉਸ ਵਕਤ ਮੈਂ ਕਿਹਾ ਫੋਟੋਸ ਤੇ ਉਹ ਵੀਡੀਓਸ ਬਣਾ ਰਿਹਾ ਸੀ ਮਤਲਬ ਮੈਨੂੰ ਚੈੱਕ ਕਰ ਲਓ ਇੱਕ ਵਾਰ ਕਿ ਮਤਲਬ ਮੈਂ ਦੇਖ ਕੇ ਦੱਸ ਸਕਦਾ ਕਹਿੰਦੇ ਇਲੈਕਟ੍ਰੋਨਿਕ ਡਿਵਾਈਸਸ ਤਾਂ ਹੈ ਨਹੀਂ ਲਓ ਤੁਸੀਂ ਕਿੱਦਾਂ ਚੈੱਕ ਕਰੋਗੇ ਦਦ ਮੈਂ ਮੈਂ ਫਿਰ ਸਰ ਇਸ ਗੱਲ ਤੇ ਮਤਲ ਤੇ ਹੁਣ ਮੇਰੇ ਤੋਂ ਮੈਂ ਜਦ ਲਿਆਂਦੀ ਨਹੀਂ ਹੈਗੀ ਮੇਰੀ ਗਲਤੀ ਹੈ ਸਰ ਕਿ ਮਤਲਬ ਮੈਂ ਫੋਟੋ ਨਹੀਂ ਲਾਵਾਂ ਵਾਲੀ ਲੈ ਕੇ ਗਿਆ ਹਨ ਤੇ ਫਿਰ ਸਰ ਉਹਨਾਂ ਦਾ ਸੀ ਕੇ ਕਹਿੰਦੇ ਫੇਕ ਹੈ ਮੈਰਿਜ ਤੁਹਾਡੀ ਮੈਂ ਕਿਹਾ ਮੈਮ ਤੁਸੀਂ ਮਤਲਬ ਫੇਕ ਕਹਿ ਰਹੇ ਹੋ ਮੈਰਿਜ ਨੂੰ ਤਾਂ ਮੈਂ ਕਿਹਾ ਮੈਂ ਆਪਣੇ ਪਾਸਪੋਰਟ ਤੇ ਸਾਡੇ ਦੋਹਾਂ ਤੇ ਪਾਸਪੋਰਟ ਦੇ ਨਾਮ ਤੇ ਹੈਗੇ ਆ ਮਤਲਬ ਦੋਹਾਂ ਦੇ ਕਹਿੰਦੇ ਪਾਸਪੋਰਟ ਕਹਿੰਦੇ ਮੈਂ ਨਹੀਂ ਮੰਦੀ ਇਸ ਗੱਲ ਨੂੰ ਕਹਿੰਦੇ ਇਮੀਗ੍ਰੇਸ਼ਨ ਨਹੀਂ ਮੰਨਦਾ ਇਸ ਚੀਜ਼ ਕਿ ਪਾਸਪੋਰਟ ਤੇ ਤੁਹਾਡੇ ਦੋਹਾਂ ਦੇ ਨਾਮ ਹੈਗੇ ਆ ਕਹਿੰਦੇ ਇਮੀਗ੍ਰੇਸ਼ਨ ਨਹੀਂ ਮੰਨਦਾ ਇਹ ਮੈਂ ਕੱਢੀ ਤੇ ਮੈਂ ਫਿਰ ਮਤਲਬ ਇਸ ਗੱਲ ਤੇ ਫਿਰ ਬੋਲਿਆ ਨਹੀਂ ਹੈਗਾ ਤੇ ਫਿਰ ਕਹਿੰਦੇ ਚਲੋ ਕਹਿੰਦੇ ਤੁਸੀਂ ਹਨੀਮੂਨ ਤੇ ਕਿੱਥੇ ਗਏ ਸੀ ਮੈਂ ਕਿਹਾ ਸ਼ਿਮਲਾ ਗਏ ਸੀ ਮੈਂ ਅੱਛਾ ਕਹਿੰਦੇ ਪੇਰੈਂਟਸ ਪੇਰੈਂਟਸ ਕਿਉਂ ਨਾਲ ਲੈ ਕੇ ਗਏ ਹੋ ਪੇਰੈਂਟਸ ਕਹਿੰਦੇ ਕਹਿੰਦੇ ਮੈਂ ਪਹਿਲਾ ਬੰਦਾ ਦੇਖਿਆ ਕਿ ਜਿਹੜਾ ਪੇਰੈਂਟਸ ਨੂੰ ਨਾਲ ਲੈ ਕੇ ਜਾਂਦਾ ਓਕੇ ਹਾਂ ਉਹ ਕਹਿੰਦੇ ਕਹਿੰਦੇ ਇਟਸ ਸਟ੍ਰੇਂਜ ਕਹਿੰਦੇ ਸਟ੍ਰੇਂਜ ਮੈਂ ਕਿਹਾ ਮੈਂ ਕਿਹਾ ਮੈਮ ਕਿ ਮਤਲਬ ਪੇਰੈਂਟਸ ਨਾਲ ਗਏ ਨੇ ਇਹ ਚ ਬੁਰੀ ਗੱਲ ਕੀਤੀ ਹੈ ਮੈਂ ਕਿਹਾ ਮੈਮ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਇਹਦੇ ਵਿੱਚ ਬੁਰਾ ਬੁਰੀ ਚੀਜ਼ ਕੀ ਹੈ ਹੂੰ ਫਿਰ ਫਿਰ ਨਹੀਂ ਬੋਲੇ ਉਹ ਉਹਨਾਂ ਨੇ ਪਹਿਲੇ 2-3 ਵਾਰ ਇਹ ਗੱਲ ਬੋਲੀ ਕਿ ਫਿਰ ਮੇਰਾ ਮੈਂ ਫਿਰ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਇਹਦੇ ਵਿੱਚ ਬੁਰੀ ਗੱਲ ਕੀ ਹੈ ਜੇ ਪੇਰੈਂਟਸ ਨਾਲ ਗਏ ਨੇ ਇਹਦੇ ਵਿੱਚ ਬੁਰੀ ਗੱਲ ਕੀ ਹੈ ਕਿਉਂਕਿ ਸਰ ਇੱਕ ਜਿਹੜਾ ਮਤਲਬ ਜੈਨੂਨ ਬੰਦਾ ਹੁੰਦਾ ਨਾ ਇੱਕ ਸੱਚਾ ਬੰਦਾ ਹੁੰਦਾ ਉਹ ਸਰ ਕਿਸੇ ਗੱਲ ਤੋਂ ਡਰਦਾ ਨਹੀਂ ਹੈਗਾ ਕਿ ਜਿੱਦਾਂ ਹੋਇਆ ਉਹ ਉਦਾਂ ਹੀ ਦੱਸੂ ਜੀ ਤੇ ਫਿਰ ਸਰ ਇਹ ਗੱਲ ਸਿਰ ਬੰਦ ਹੋ ਗਈ ਸੀ ਫਿਰ ਕਹਿੰਦੇ ਸੀ ਕਿ ਪੇਰੈਂਟਸ ਪੇਰੈਂਟਸ ਨੂੰ ਨਾਲ ਖੜਨ ਦੇਖੋ ਇਸ ਤਰ੍ਹਾਂ ਹੈ ਮੇਰਾ ਮੇਰਾ ਜਵਾਬ ਇਥੇ ਕੁਝ ਹੋਰ ਹੋ ਸਕਦਾ ਸੀ ਚਲੋ ਐਨੀਵੇ ਮੇਰਾ ਜਵਾਬ ਇਹ ਹੋ ਸਕਦਾ ਸੀ ਵੀ ਪੈਰੈਂਟਸ ਮੇਰੇ ਨਾਲ ਜਾ ਰਹੇ ਕਿਉਂਕਿ ਉਹਨਾਂ ਨੂੰ ਆਪਣੀ ਨੂਰਾਨੀ ਨਾਲ ਵੀ ਟਾਈਮ ਸਪੈਂਡ ਕਰਨਾ ਹੁੰਦਾ ਇਹ ਜ਼ਰੂਰੀ ਹੈ ਕਿ ਹਸਬੰਡ ਵਾਈਫ ਇੱਕ ਦੂਜੇ ਨੂੰ ਜਾਣਦਾ ਸੀ ਤੇ ਜਾਣਦੇ ਬਹੁਤ ਟਾਈਮ ਤੋਂ ਪਹਿਲਾਂ ਜਿਸ ਤਰ੍ਹਾਂ ਤੁਸੀਂ ਕਹੇ ਕਿ 3 ਸਾਲ ਪਹਿਲਾਂ ਸਾਡੀ ਮੀਟਿੰਗ ਹੋ ਰਹੀ ਹੈ ਵੀ نو ਇਚ ਅਦਰ ਸੀ ਅਸੀਂ ਵੀ ਟਾਈਮ ਸਪੈਂਡ ਕਰ ਰਹੇ ਹਾਂ ਤੇ ਸਾਰਾ ਦਿਨ ਅਸੀਂ ਘੁੰਮ ਫਿਰ ਰਹੇ ਹਾਂ ਕੋਈ ਇਧਰ ਜਾ ਰਿਹਾ ਕੋਈ ਇਧਰ ਜਾ ਰਿਹਾ ਕੋਈ ਚਾਟ ਖਾਣ ਜਾ ਰਿਹਾ ਕੋਈ ਡਿਨਰ ਕਰਨ ਜਾ ਰਿਹਾ ਤੇ ਨਾਲ-ਨਾਲ ਜੇ ਅਗਰ ਮੇਰੀ ਮਦਰ ਵੀ ਅਗਰ ਆਪਣੇ ਆਪਣੇ ਡਾਟਰ-ਲੌ ਲ ਨਾਲ ਉਹਨੂੰ ਟਾਈਮ ਸਪੈਂਡ ਕਰਨ ਦਾ ਮੌਕਾ ਮਿਲ ਰਿਹਾ ਸੋ ਵਾਈ ਨਾਟ ਇਟ ਇਜ਼ ਪ੍ਰੋਮੋਟਿੰਗ एवरीथिंग ਸੋ ਥਿਸ ਵਾਸ ਊਡ ਹੈਵ ਬੀਨ ਮਾਈ ਆਨਸਰ ਐਨੀਵੇ ਫਿਰ ਕੀ ਹੋਇਆ ਸਰ ਇਹ ਗੱਲ ਨੀਰਜਨਾ ਵੀ ਹੋਈ ਸੀ ਉਹਨਾਂ ਨੇ ਇਦਾਂ ਹੀ ਕੀਤਾ ਸੀ ਕਹਿੰਦੇ ਕਿ ਮੈਨੂੰ ਉਹਨਾਂ ਨੇ ਕੁੜੀਆਂ ਵਾਂਗੂ ਰੱਖਦੇ ਆ ਕਿ ਮਨ ਮੇਰੇ ਨਾਲ ਇੰਨਾ ਪਿਆਰ ਕਰਦੇ ਹੈਗੇ ਆ ਤੇ ਮੈਂ ਮੈਨੂੰ ਵਧੀਆ ਉਹਨਾਂ ਨਾਲ ਘੁੰਮਣਾ ਉਹਨਾਂ ਨਾਲ ਫਿਰਨਾ ਉਹਨਾਂ ਨਾਲ ਟਾਈਮ ਸਪੈਂਡ ਕਰਨਾ ਵਧੀਆ ਇਹ ਇਹ ਨੀਰਜਨਾ ਜਦੋਂ ਗੱਲ ਹੋਈ ਸੀ ਉਹਨਾਂ ਨੇ ਇਹ ਗੱਲ ਕਲੀਅਰ ਕੀਤੀ ਸੀ ਸਰ ਇਦਾਂ ਜੀ ਜੀ ਤੇ ਫਿਰ ਉਹਨਾਂ ਕਹਿੰਦੇ ਕਿ ਤੁਹਾਡੇ ਜਿਹੜੇ ਹੈਗੇ ਮਾਮਾ ਮਮੀ ਤੁਹਾਨੂੰ ਬੁਲਾਉਂਦੇ ਹੈਗੇ ਮੈਂ ਕਿਹਾ ਨਹੀਂ ਆਉਂਦੇ ਹੈਗੇ ਕਿ ਉਹ ਨਹੀਂ ਬੁਲਾਉਂਦੇ ਤੇ ਕਹਿੰਦੇ ਕਿ ਤੁਹਾਡੇ ਵਾਈਫ ਪਹਿਲੇ ਉਹਨਾਂ ਨਾਲ ਰਹਿੰਦੇ ਸੀ ਮੈਂ ਕਿਹਾ ਹਾਂਜੀ ਉਹਨਾਂ ਨਾਲ ਰਹਿੰਦੇ ਸੀ ਤੇ ਕਹਿੰਦੇ ਫਿਰ ਉਹਨਾਂ ਨੂੰ ਕਿਉਂ ਬੁਲਾਉਣਾ ਬੰਦ ਕਰ ਦਿੱਤਾ ਮੈਂ ਕਿਹਾ ਕਿ ਮੈਂ ਵੀ ਇਦਾਂ ਹੈ ਕਿ 2017 ਤੋਂ ਅਸੀਂ ਗੱਲ ਕਰ ਰਹੇ ਹਾਂ ਘਰ ਆਪਣੇ ਦੋਵੇਂ ਜਾਣੇ ਕਿ ਮਤਲਬ ਆਪਣੇ ਰਿਸ਼ਤੇ ਦੀ ਔਰ 2018 ਚ ਜਦੋਂ ਨੀਰਜਾ ਫਸਟ ਟਾਈਮ ਇੱਥੇ ਆਏ ਸੀ ਕੈਨੇਡਾ ਤੋਂ ਤੋਂ ਉਹਨਾਂ ਨੇ ਘਰ ਫੇਸ ਟੂ ਫੇਸ ਗੱਲ ਕਰਨ ਲਈ ਆਏ ਸੀ ਉਹਨਾਂ ਨੇ ਫੇਸ ਟੂ ਫੇਸ ਗੱਲ ਕੀਤੀ ਆ ਕੇ ਤੇ ਘਰਦਿਆਂ ਨੇ ਬੁਲਾਣਾ ਬੰਦ ਕਰ ਦਿੱਤਾ ਸੀ ਉਸ ਤੋਂ ਬਾਅਦ ਜਦੋਂ ਵਾਪਸ ਗਏ ਸੀ ਤੇ ਉਹੀ ਹੁਣ ਮਾਮਾ ਮਮੀ ਤਾਂ ਉੱਥੇ ਰਹਿੰਦੇ ਸੀ ਉਹ ਵੀ ਘਰਦਿਆਂ ਨਾਲ ਉਹਨਾਂ ਦੇ ਘਰਦਿਆਂ ਦੇ ਨਾਲ ਐਗਰੀ ਸੀ ਤੇ ਫਿਰ ਉਹਨਾਂ ਨੇ ਵੀ ਇਹਨਾਂ ਦੀ ਮਨਤਾ ਸੀਗਾ ਜੀ ਹੈਲੋ ਹੈਲੋ ਹਾਂ ਜੀ ਜੀ ਮੈਂ ਸੁਣਿਆ ਗੋਟ ਗੋਟ ਸੁਣਿਆ ਹਾਂ ਜੀ ਸਰ ਤੇ ਉਸ ਤੋਂ ਬਾਅਦ ਸਰ ਫਿਰ ਗੇ ਸੀ ਤੇ ਉਹਨਾਂ ਨੇ ਫਿਰ ਮਤਲਬ ਕਹਿੰਦੇ ਕਿ ਤੂੰ ਆਪਣਾ ਦੇਖ ਕਿ ਤੂੰ ਸਾਡੇ ਨਾਲ ਨਹੀਂ ਰਹਿਣਾ ਤੇ ਫਿਰ ਉਸ ਤੋਂ ਬਾਅਦ ਇਹ ਆਪਣਾ ਮਤਲਬ ਰਹਿਣਾ ਸਟਾਰਟ ਕਰ ਦਿੱਤਾ ਉਹਨਾਂ ਨੇ ਛੱਡਤਾ ਸੀ ਉਹਨਾਂ ਨੇ ਬੁਲਾਣਾ ਇਹ ਸਰ ਹਾਂਜੀ ਤੇ ਸਰ 1 ਮਿੰਟ ਮੈਂ ਅੱਗੇ ਸਰ ਕੁਐਸਚਨ ਲਿਖਿਆ ਹੋਇਆ ਫਿਰ ਉਹਨਾਂ ਨੇ ਕੀ ਕੁਐਸਚਨ ਕੀਤਾ ਸੀ ਇਸ ਦਮ ਇਹ ਜਿਹੜੀ ਅਫਸਰ ਇਹ ਜਿਹੜੀ ਅਫਸਰ ਸੀ ਮਤਲਬ ਕੈਨੇਡੀਅਨ ਸੀ ਇਹ ਇੰਡੀਅਨ ਅਫਸਰ ਇਹ ਇੰਡੀਅਨ ਸੀ ਇੰਡੀਅਨ ਸੀ ਸਰ ਅੱਛਾ ਅੱਛਾ ਤੇ ਫਿਰ ਕਹਿੰਦੇ ਕਿ ਕੋਈ ਵੀ ਨਹੀਂ ਬੁਲਾਉਂਦਾ ਹੈਗਾ ਘਰ ਚ ਉਹਨਾਂ ਮੈਂ ਕਿਹਾ ਨਹੀਂ ਹੈ ਕੋਈ ਨਹੀਂ ਬੁਲਾਉਂਦਾ ਹੈਗਾ ਕਹਿੰਦੇ ਕਿਸੇ ਨਾਲ ਮਤਲਬ ਕੋਈ ਗੱਲ ਨਹੀਂ ਹੁੰਦੀ ਹੈਗੀ ਜਾਂ ਇਹਨਾਂ ਨੇ ਕਦੇ ਟਰਾਈ ਨਹੀਂ ਕੀਤਾ ਉਹਨਾਂ ਨਾਲ ਗੱਲ ਕਰਨ ਦੀ ਮੈਂ ਕਿਹਾ ਕਿ ਮੈਮ ਇੱਕ ਵਾਰ ਕਾਲ ਕੀਤੀ ਸੀ ਬਟ ਉਹਨਾਂ ਨੇ ਚੱਕੀ ਨਹੀਂ ਸੀ ਤੇ ਇਸ ਕਰਕੇ ਸਾਡੀ ਕਦੇ ਗੱਲ ਹੋਈ ਨਹੀਂ ਤੇ ਜਦੋਂ ਵੀ ਮੈਂ ਕਿਹਾ ਕਿ ਮਤਲਬ ਇਸ ਬਾਰੇ ਸਾਡੀ ਮਤਲਬ ਗੱਲ ਹੁੰਦੀ ਕਿ ਹਾਰਟ ਹੁੰਦੇ ਆ ਫਿਰ ਸਰ ਕੇ ਮਤਲਬ ਫਿਰ ਅਸੀਂ ਇਸ ਬਾਰੇ ਗੱਲ ਹੀ ਨਹੀਂ ਕੀਤੀ ਭਈ ਕਹਿੰਦੇ ਕਿ ਤੁਸੀਂ ਜਿੰਨੀਆਂ ਵੀ ਮੈਨੂੰ ਕਹਿੰਦੇ ਕਿ ਜਿੰਨੀਆਂ ਵੀ ਨਹੀਂ ਫਿਰ ਕਹਿੰਦੇ ਕਿ ਤੁਸੀਂ ਹੋਰ ਕਿੱਥੇ ਘੁੰਮਣ ਗਏ ਆ ਮੈਂ ਕਿਹਾ ਕਿ ਮਤਲਬ ਅਸੀਂ ਜੈਪੁਰ ਗਏ ਸੀ 2020 ਦੇ ਵਿੱਚ ਗਏ ਸੀ ਜੈਪੁਰ ਕਹਿੰਦੇ ਪਿਕਸ ਦਿਖਾਓ ਆਪਣੀਆਂ ਮੈਂ ਪਿਕਸ ਦਿਖਾਉਣ ਲੱਪਿਆ ਤੇ ਕਹਿੰਦੇ ਕਿ ਆਹ ਪਿਕਸ ਵਿੱਚ ਕਹਿੰਦੇ ਨਾ ਕੋਈ ਡਰਾਈਵਰ ਹੈਗਾ ਨਾ ਤੁਹਾਡਾ ਕੋਈ ਆਪਣਾ ਹੈਗਾ ਤੁਸੀਂ ਦੋਵਾਂ ਨੇ ਪਿਕਸ ਕਿਹ ਚਾਹੀਆਂ ਤੇ ਮੈਂ ਕਿਹਾ ਮੈਨੂੰ ਡਰਾਈਵਰ ਕਿੱਦਾਂ ਹੋਊਗਾ ਕਿ ਫਲਾਈਟ ਵਿੱਚ ਗਏ ਸੀ ਕਿਤੇ ਕਿੱਥੋਂ ਲਈ ਸੀ ਫਲਾਈਟ ਮੈਂ ਕਿਹਾ ਅੰਮ੍ਰਿਤਸਰ ਤੋਂ ਲਈ ਸੀ ਫਲਾਈਟ ਅੰਮ੍ਰਿਤਸਰ ਤੋਂ ਜੈਪੁਰ ਦੀ ਫਲਾਈਟ ਸੀ ਤੇ ਇਹ ਕਹਿੰਦੇ ਅੱਛਾ ਅੱਛਾ ਫਿਰ ਉਹਨਾਂ ਨੂੰ ਮੈਂ ਫੋਟੋ ਦਿਖਾਈਆਂ ਤੇ ਫਿਰ ਕਹਿੰਦੇ ਪਿੰਡ ਦੀਆਂ ਵੀ ਫੋਟੋ ਹੈਗੀਆਂ ਮੈਂ ਕਿਹਾ ਪਿੰਡ ਦੀਆਂ ਵੀ ਹੈਗੀਆਂ ਮੈਂ ਪਿੰਡ ਦੀਆਂ ਕਹਿੰਦੇ ਕਿੱਥੇ ਰਹਿੰਦੇ ਆ ਮੈਂ ਕਿਹਾ ਕਿ ਹੁਣ ਅਸੀਂ ਪਿੰਡ ਹੀ ਰਹਿੰਦੇ ਆ 2020 ਤੋਂ ਮੈਂ ਕਿਹਾ ਪਿੰਡ ਹੀ ਰਹਿੰਦੇ ਆ ਤੇ ਕਹਿੰਦੇ ਪਿੰਡ ਦੀਆਂ ਫੋਟੋ ਦਿਖਾਓ ਪਿੰਡ ਦੀਆਂ ਫੋਟੋ ਸਿਰ ਦਿਖਾਣ ਲੱਗ ਪਏ ਕਹਿੰਦੇ ਕਿ ਤੁਸੀਂ ਜਿੱਥੇ ਵੀ ਹੈਗੇ ਤਿਆਰ ਹੋ ਕੇ ਬੈਠੇ ਆ ਫਿਰ ਮੈਂ ਮਤਲਬ ਇਹ ਗੱਲ ਫਿਰ ਉਹਨਾਂ ਨੂੰ ਮੈਂ ਕਿਹਾ ਆ ਦੇਖੋ ਮੈਂ ਆ ਪੰਜਾਬ ਪਜਾਮੇ ਚ ਵੀ ਹੈਗੀਆਂ ਪਜਾਮੇ ਚ ਦੇਖ ਲਓ ਮੈਂ ਕਿਹਾ ਤੇ ਤੇ ਫਿਰ ਉਹ <laughs> के, के, OK ਵਾਲੀਆਂ ਵੀ ਸੀ ਇਹ ਮਤਲਬ ਉਹ ਸਾਰੀਆਂ ਦਿਖਾਤੀਆਂ ਤੇ ਫਿਰ ਕਹਿੰਦੇ ਕਿ ਵੈਰੀ ਸੇ ਆ ਗਏ ਦੁਬਾਰਾ ਹਾਂ ਕਹਿੰਦੇ ਕਿ ਮਤਲਬ ਫਿਰ ਮੈਰਿਜ ਤੇ ਆ ਗਏ ਸਰ ਮੈਰਿਜ ਤੇ ਆ ਗਏ ਫਿਰ ਫਿਰ ਕੱਲ ਮੈਰਿਜ ਉਹਨਾਂ ਦਾ ਮੇਨ ਇਸ਼ੂ ਹੀ ਇਹ ਸੀ ਫਿਰ ਮਤਲਬ ਮੈਰਿਜ ਤੇ ਆ ਗਏ ਦੁਬਾਰਾ ਕਹਿੰਦੇ ਮੈਰਿਜ ਸਰਮਨੀਜ਼ ਵੈਰੀ ਹਾਂ OK ਕਿਉਂਕਿ ਉਹਨਾਂ ਦਾ ਇਸ਼ੂ ਇਹ ਸੀ ਉਹਨਾਂ ਨੂੰ ਪਤਾ ਕਿ ਬਾਕੀ ਇਹਨਾਂ ਦਾ ਸਭ ਕੁਝ ਸਹੀ ਹੁੰਦਾ ਪਿਆ ਸਿਰਫ ਇੱਕ ਮੈਰਿਜ ਦੀ ਹੈ ਕਿਉਂਕਿ ਮੈਰਿਜ ਸਾਡੀ ਇਦਾਂ ਹੋਈ ਹੈ ਫਿਰ ਮੈਰਿਜ ਤੇ ਆ ਗਏ ਦੁਬਾਰਾ ਮੈਰਿਜ ਤੇ ਕਹਿੰਦੇ ਡੈਡ ਕਿਉਂ ਨਹੀਂ ਆਏ ਮੈਂ ਕਿਹਾ ਡੈਡ ਮੈਮ ਕਿਉਂਕਿ ਜਿਹੜੀ ਸਰ ਸੱਚੀ ਗੱਲ ਤਾਂ ਇਹ ਹੈ ਕਿ ਮੇਰੇ ਡੈਡ ਥੋੜੇ ਡਿਪਰੈਸਡ ਰਹਿੰਦੇ ਆ 10 ਸਾਲ ਤੋਂ ਦਵਾਈ ਖਾਂਦੇ ਪਏ ਆ ਡਿਪਰੈਸ਼ਨ ਦੀ ਮੈਂ ਸਰ ਮੈਂ ਮੈਂ ਜਦੋਂ ਜਾਣ ਤੋਂ ਪਹਿਲਾਂ ਨਾ ਮੈਂ ਇਹਨਾਂ ਨੂੰ ਨੀਰਜਾ ਹੁਣਾਂ ਨੂੰ ਮੈਂ ਕਿਹਾ ਡੈਡੀ ਦੀ ਉਹ ਮੈਡੀਕਲ ਰਿਪੋਰਟ ਹੈ ਜੀ ਕਿ ਜੇ ਇੱਥੇ ਸਵਾਲ ਖੜਾ ਹੋ ਗਿਆ ਕਿ ਉਹ ਉਹ ਸਲਿੱਪ ਲੈ ਜਾਂਦੇ ਆ ਸਰ ਉਹ ਲੈਂਦੇ ਲੈਂਦੇ ਅਸੀਂ ਘਰ ਹੀ ਛੱਡ ਗਏ ਸੀ ਸਰ ਉਹਨਾਂ ਨੇ ਉਹੀ ਕਵੈਸਟਨ ਪੁੱਛਿਆ ਤਾਂ ਮੈਨੂੰ ਸਰ ਬੜਾ ਦੁੱਖ ਹੋਇਆ ਕਿ ਮੈਂ ਉਹ ਸਲਿੱਪ ਲੈ ਕੇ ਨਹੀਂ ਆਇਆ ਤੇ ਉਹ ਉਹ ਫਿਰ ਕਹਿੰਦੇ ਕਿ ਤੁਹਾਡੇ ਕੋਲ ਹੈ ਕੋਈ ਸਲਿੱਪ ਕੋਈ ਪ੍ਰੂਫ ਹੈਗਾ ਡੈਡ ਤੁਹਾਡੇ ਡਿਪਰੈਸ ਹੈ ਕਹਿੰਦੇ ਇੱਥੇ ਫੋਟੋਆਂ ਜਿਹਾ ਤਾਂ ਬੜੇ ਖੁਸ਼ ਲੱਗਦੇ ਪਏ ਮੈਂ ਕਿਹਾ ਫਿਰ ਉਹਨਾਂ ਨੇ ਮਤਲਬ ਜਿੱਦਾਂ ਨੀਰ ਜਾ ਉਹਨਾਂ ਨੂੰ ਉੱਥੇ ਜਾ ਕੇ ਮੇਲੇ ਸੀ ਸ਼ਿਮਲਾ ਤੇ ਮਤਲਬ ਥੋੜੀ-ਬੋਤੀ ਖੁਸ਼ੀ ਵੀ ਮਤਲਬ ਚਲੋ ਖੁਸ਼ੀ ਤਾਂ ਹੁੰਦੀ ਹੈ ਮੈਂ ਕਿਹਾ ਉਹਨਾਂ ਦਾ ਫੇਸ ਤੇ ਮਤਲਬ ਹੁਣ ਫੋਟੋ ਕਰਾਉਂਦੇ ਹੋਏ ਖੁਸ਼ੀ ਜਿਹੜੀ ਉਹ ਉਹ ਤਾਂ ਕਹਿੰਦੇ ਡਿਪਰੈਸ ਨਹੀਂ ਲੱਗਦੇ ਪਏ ਡਾਡਾ ਕਹਿੰਦੇ ਸਲਿੱਪ ਹੈਗੀ ਤੁਹਾਡੇ ਕੋਲ ਮੈਂ ਕਿਹਾ ਸਲਿੱਪ ਮੈਮ ਘਰ ਹੈਗੀ ਹੈ ਹੁਣ ਮੈਂ ਲੈ ਕੇ ਨਹੀਂ ਆਇਆ ਹੈਗਾ ਫਿਰ ਫਿਰ ਮਤਲ ਤੇ ਫਿਰ ਕਹਿੰਦੇ ਉਹ ਅ ਬਸ ਇਹੀ ਸਰ ਪਿਕਸ ਮੰਗੀਆਂ ਸੀ ਉਹਨਾਂ ਨੇ ਪਿਕਸ ਦਿਖਾਈਆਂ ਸੀ ਫਿਰ ਕਹਿੰਦੇ ਕਿ ਮੈਂ ਸੈਟੀਸਫਾਈਡ ਨਹੀਂ ਹੈਗੀ ਤੁਹਾਡੀ ਮੈਰਿਜ ਤੋਂ ਕਿਉਂਕਿ ਮੈਰਿਜ ਜਿਹੜੀ ਹੈਗੀ ਆ ਤੁਹਾਡੀ ਆ ਜੈਨੂਇਨ ਤਰੀਕੇ ਨਾਲ ਨਹੀਂ ਮੈਂ ਕਿਹਾ ਲੋਅਰ ਕਰਵਾਈ ਹੈ ਕਹਿੰਦੇ ਆ ਦੇਖੋ ਕਹਿੰਦੇ ਇਹ ਕੋਰਟ ਮੈਰਿਜ ਵੀ ਨਹੀਂ ਹੈਗੀ ਆ ਕੋਰਟ ਮੈਰਿ ਮੈਂ ਕਿਹਾ ਮੈਮ ਮੈਨੂੰ ਨਹੀਂ ਪਤਾ ਸੀ ਕਿ ਮਤਲਬ ਕਿ ਕੋਰਟ ਮੈਰਿਜ ਇਦਾਂ ਹੁੰਦੀ ਜੇ ਮੈਂ ਕਿਹਾ ਮੈਨੂੰ ਮੈਨੂੰ ਇਸ ਚੀਜ਼ ਬਾਰੇ ਨੋਲੇਜ ਹੁੰਦੀ ਤਾਂ ਮੈਂ ਜ਼ਰੂਰ ਗੱਲ ਕਰਦਾ ਮੈਨੂੰ ਇਸ ਚੀਜ਼ ਬਾਰੇ ਨੋਲੇਜ ਨਹੀਂ ਸੀ ਮੈਂ ਕਿਹਾ ਮੈਂ ਕਿਹਾ ਫਸਟ ਟਾਈਮ ਮਤਲਬ ਇਹ ਮੇਰਾ ਫਸਟ ਟਾਈਮ ਇਹੋ ਜਿਹੀਆਂ ਚੀਜ਼ਾਂ ਨਾਲ ਵਾਪਿਆ ਤੇ ਮਤਲਬ ਮੈਨੂੰ ਇਹਦੇ ਬਾਰੇ ਲੋੜੇ ਨਹੀਂ ਸੀ ਮੇਰੇ ਲਈ ਉਸ ਵਕਤ ਅਗਰ ਵਕੀਲ ਸਾਹਿਬ ਅਗਰ ਅਗਰ ਇਹ ਮੰਦਿਰ ਮੈਰਿਜ ਦੀ ਜਗ੍ਹਾ ਤੁਹਾਨੂੰ ਕੋਰਟ ਮੈਰਿਜ ਵੱਲ ਮੋੜ ਦਿੰਦੇ ਨਾ ਅਗਰ ਅੱਜ ਅੱਜ ਖੇਡ ਕੁਝ ਹੋਰ ਹੋਣੀ ਸੀ ਹਾਂ ਹਾਂਜੀ ਹਾਂਜੀ ਸਰ ਕੋਰਟ ਕੋਰਟ ਮੈਰਿਜ ਦਾ ਫਾਇਦਾ ਇਹ ਹੈ ਕਿ ਕੋਰਟ ਮੈਰਿਜ ਵਿੱਚ ਕੋਈ ਸੈਰਮੋਨੀਟੀ ਲੋੜ ਨਹੀਂ ਹੈ ਹਾਂਜੀ ਹਾਂਜੀ ਕੋਰਟ ਮੈਰਿਜ ਨੂੰ ਇਹ ਮਨਾ ਵੀ ਨਹੀਂ ਕਰ ਸਕਦੇ ਹਾਂਜੀ 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 ਉਹ ਅੱਛਾ ਕੋਰਟ ਮੈਰਿਜ ਵਿੱਚ ਜੇ ਵੀ ਗੈਸਟ ਗੁਸਤਾ ਕੋਈ ਜ਼ਿਆਦਾ ਗੁੰਜਾਇਸ਼ ਨਹੀਂ ਅਗਰ 2-3-2 ਵਿਟਨੈਸ ਆ ਗਏ ਉਹਦੇ ਨਾਲ ਵੀ ਸਰ ਜਾਂਦਾ ਕੰਮ ਲੇਕਿਨ ਇਹ ਜਿੰਨੇ ਵੀ ਰਿਲੀਜੀਅਸ ਮੈਰਿਜ ਹੈ ਨਾ ਉਹਦੇ ਵਿੱਚ ਸਾਰਾ ਤਾਮ-ਜਾਮ ਸਾਰਾ ਉਥੇ ਤੁਹਾਨੂੰ ਜਸਟੀਫਾਈ ਕਰਨਾ ਹੀ ਪੈਂਦਾ ਉਹੀ ਗੱਲ ਸਰ ਤੇ ਫਿਰ ਮੈਂ ਜਦੋਂ ਇਹ ਗੱਲਾਂ ਹੋਈਆਂ ਤਾਂ ਫਿਰ ਕਹਿੰਦਾ ਸਾਡੀਆਂ ਕਹਿੰਦੇ ਫਿਰ ਆਪਣੀ ਵਾਈਫ ਨੂੰ ਭੇਜੋ ਪਰ ਫਿਰ ਉਹਨਾਂ ਨੂੰ ਉਹਨਾਂ ਉਹ ਗਏ ਸੀ ਨਿੱਜੀ ਗਏ ਸੀ ਹਾਂ ਹਾਂ ਤੇ ਉਹਨਾਂ ਨਾਲ ਗੱਲ ਹੋਈ ਉਹਨਾਂ ਨਾਲ ਵੀ ਸੇਮ ਇਦਾਂ ਦੇ ਕੁਐਸਚਨ ਹੋਏ ਮਤਲਬ ਸਾਡੇ ਬਿਆਨ ਕਾਫੀ ਹੱਦ ਤੱਕ ਉਹਨਾਂ ਨੂੰ ਪਰ ਇਦਾਂ ਕਹਿੰਦੇ ਸੀ ਕਿ ਕਿਤੇ ਕਹਿੰਦੇ ਸੀ ਕਹਿੰਦੇ ਤੁਹਾਡੇ ਜਿਹੜੇ ਹਸਬੈਂਡ ਕੁਝ ਹੋਰ ਕਹਿ ਰਹੇ ਨੇ ਕਿ ਜਦ ਕਿ ਮੈਂ ਇਹੀ ਕਹਿ ਰਹੀ ਸੀ ਉਦੋਂ ਹੀ ਉਹਨਾਂ ਨੂੰ ਮਤਲਬ ਕਨਫਿਊਜ਼ ਕਰ ਲਏ ਕਨਫਿਊਜ਼ ਕਰ ਲਈ ਅੱਛਾ ਕਿਹੜੇ ਕਿਹੜੇ ਸਵਾਲ ਤੇ ਉਹਨੂੰ ਕਹਿ ਰਹੀ ਸੀ ਕਿਹੜੇ ਸਵਾਲ ਤੇ ਉਹਨੂੰ ਕਿਹਾ ਕਿ ਬਈ ਹਸਬੈਂਡ ਕੁਝ ਹੋਰ ਕਹਿ ਰਹੇ ਹੈ ਇਹ ਸਰ ਇਹ ਹੀ ਜਿੱਦਾਂ ਮਤਲਬ ਕਿ ਮੈਰੀ ਸ਼ਰਮ ਨਹੀਂ ਐਕਸਪਲੇਨ ਕਰਉ ਉਹਨਾਂ ਨੇ ਵੀ ਸੇਮ ਦੱਸੀ ਜੀ ਅੱਛਾ ਮੈਨੂੰ ਇਹ ਮੈਨੂੰ ਇਹ ਦੱਸੋ ਕਿ ਨੀਰਜਾ ਤੁਹਾਡੇ ਨਾਲ ਗਈ ਹੈ ਗਈ ਉਸ ਟਾਈਮ ਤੇ ਜਿਹੜੇ ਲੋਕਾਂ ਦਾ ਇੰਟਰਵਿਊ ਆ ਰਿਹਾ ਹੈ ਅੱਜ ਕੱਲ ਇੰਟਰਵਿਊ ਆ ਰਹੇ ਹਨ ਲੋਕਾਂ ਦੇ ਕਈ ਵਾਰ ਲੋਕ ਮੈਨੂੰ ਪੁੱਛਦੇ ਕਿ ਨਹੀਂ ਜੀ ਵਾਈਫ ਨੂੰ ਕੀ ਕਰਨਾ ਜਾ ਕੇ ਨਹੀਂ ਵਾਈਫ ਦਾ ਆਪਾਂ ਜਾਣ ਦੀ ਲੋੜ ਨਹੀਂ ਹੈ ਵਾਈਫ ਨੂੰ ਉੱਥੇ ਰਹੇ ਤੇ ਵਾਈਫ ਨੂੰ ਤੁਹਾਡੇ ਕੇਸ ਤੇ ਉਹਨਾਂ ਨੇ ਨੀਰਜਾ ਦਾ ਨਾਮ ਲੈ ਕੇ ਉਹਨੂੰ ਸੱਦਿਆ ਕਿ ਉਹਨੂੰ ਭੇਜੋ ਉਹਦੇ ਨਾਲ ਵੀ ਕੁਝ ਇਨਕੁਆਇਰੀ ਕਰਨੀ ਹੈ ਕਰੈਕਟ ਹਾਂਜੀ ਹਾਂਜੀ ਸਰ ਉਹਨਾਂ ਨੇ ਜੇਕਰ ਜੇਕਰ ਵਾਈਫ ਅਗਰ ਹੁੰਦੀ ਨਹੀਂ ਫਿਰ ਫਿਰ ਕਿਵੇਂ ਇਮਪ੍ਰੈਸ਼ਨ ਕੀ ਪਹਿਚਾਨ ਸਕੀ ਵਾਈਫ ਤਾਂ ਹੈ ਹੀ ਨਹੀਂ ਜੀ ਫਿਰ ਤਾਂ ਸਰ ਉਹਨਾਂ ਨੇ ਫਿਰ ਹੋਰ ਜਿਆਦਾ ਨੈਗੇਟਿਵ ਕਿ ਫਿਰ ਸਰ ਤਾਂ ਬਿਲਕੁਲ ਹੀ ਸਰ ਉਹਨਾਂ ਦੇ ਤਾਂ ਲਾ ਕੇ ਮਾਰਨਾ ਸੀ ਪਰੇ ਲੇਕਰ ਜਾਓ ਘਰ ਤੁਰਦੇ ਫਿਰਦੇ ਅਸੀਂ ਤਾਂ ਹੋਰ ਗੱਲ ਹੀ ਨਹੀਂ ਕਰਨੀ ਤੁਹਾਡੇ ਨਾਲ ਨੀ ਨੀਜਾ ਨੇ ਹੋਰ ਮੈਰਿਜ ਦੇ ਬਾਰੇ ਹੋਰ ਕੀ ਦੱਸਿਆ ਹੋਰ ਕੀ ਕੋਸ਼ਿਸ਼ ਕੀਤੀ ਕੁਝ ਹੋਰ ਦੱਸਣ ਦੀ ਜਿਹੜਾ ਤੁਸੀਂ ਨਹੀਂ ਦੱਸ ਸਕੇ ਆਪਣੇ ਵੱਲੋਂ ਹੋਰ ਸਰ ਇੱਕ ਇਹੀ ਗੱਲ ਉਹਨਾਂ ਨੂੰ ਉਹਨਾਂ ਇੱਥੇ ਕਿ ਪੇਰੈਂਟਸ ਨੂੰ ਕੌਣ ਨਾਲ ਲੈ ਕੇ ਜਾਂਦਾ ਹੈਗਾ ਫਿਰ ਉਹਨਾਂ ਨੇ ਇਹ ਕਿਹਾ ਕਿ ਮੈਨੂੰ ਕੁੜੀਆਂ ਵਾਂਗੂ ਰੱਖਦੇ ਆ ਕਿ ਮਤਲਬ ਇੰਨੇ ਵਧੀਆ ਤਰੀਕੇ ਨਾਲ ਰੱਖਿਆ ਹੈ ਕਿ ਮੇਰਾ ਉਹਨਾਂ ਨਾਲ ਪਿਆਰ ਹੈ ਕਿ ਫੈਮਿਲੀ ਕਿ ਉਹ ਇੱਕ ਧਰਮਸ਼ਾਲਾ ਸਰ ਗਏ ਸੀ ਉਹ ਵੀ ਪਿਕਸਰ ਕਹਿੰਦੇ ਇੱਥੇ ਵੀ ਫੈਮਿਲੀ ਆ ਤੁਸੀਂ ਕਹਿੰਦੇ ਇਕੱਲੇ ਨਹੀਂ ਹੈਗੇ ਇਕੱਲੇ ਨਹੀਂ ਹੈਗੇ ਤੇ ਮੈਨੂੰ ਮੈਨੂੰ ਸਰ ਇਹ ਕਹਿੰਦੇ ਸੀਗੇ ਕਿ ਤੁਸੀਂ ਉੱਥੇ ਇਕੱਲੇ ਜੈਪੁਰ ਗਏ ਮੈਨੂੰ ਇਹ ਕੁਐਸਚਨ ਕਰ ਕਿ ਤੁਸੀਂ ਇਕੱਲੇ ਜੈਪੁਰ ਗਏ ਆ ਨਾਲ ਕੋਈ ਨਹੀਂ ਹੈਗਾ ਇਦਾਂ ਤੇ ਇਹਨਾਂ ਨੂੰ ਕਹਿੰਦੇ ਕਿ ਤੁਸੀਂ ਹਰ ਜਗ੍ਹਾ ਤੇ ਫੈਮਿਲੀ ਨੂੰ ਨਾਲ ਲੈ ਕੇ ਚੱਲੇ ਤੇ ਉਹ ਫਿਰ ਫੈਮਲੀ ਨੂੰ ਲੈ ਕੇ ਜਾਣਾ ਕਿਉਂਕਿ ਫੈਮਲੀ ਨਾਲ ਰਿਸ਼ਤੇ ਜੀ ਕੁਨ ਮਿਲ ਗਏ ਹੈ ਕਿਉਂ ਨਹੀਂ ਲੈ ਕੇ ਜਾਣਾ ਫੈਮਲੀ ਨੂੰ ਅਮਨ ਆਈ نو ਇਟਸ ਇਟਸ ਅ ਅਨ ਕਾਮਨ ਮਤਲਬ ਹਰ ਇੱਕ ਬੰਦਾ ਨਹੀਂ ਲੈ ਕੇ ਜਾਂਦਾ ਠੀਕ ਹੈ ਅੰਡਰਸਟੈਂਡਿੰਗ ਅਰੇਂਜ ਮੈਰਿਜ ਜਿੱਦੇ ਤੇ ਹਸਬੰਡ ਬੱਚੀ ਨਹੀਂ ਜਾਂਦੇ ਉਹਨਾਂ ਨੂੰ ਟਾਈਮ ਚਾਹੀਦਾ ਇਸ ਪ੍ਰਾਈਵੇਸੀ ਲੇਕਿਨ ਜਿੱਥੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਤੇ ਵਾਟਸ ਦ ਬਿਗ ਡੀਲ ਅਗਰ ਜੇ ਅਗਰ ਜੇ ਮਤਲਬ ਮਤਲਬ ਮੈਂ ਡੈਫੀਨਿਟਿ ਵ ਇਸ ਤਰ੍ਹਾਂ ਜਵਾਬ ਦੇਣਾ ਸੀ ਐਨੀਵੇ ਸੋ ওকে ਤੇ ਪਿੱਛਾ ਹਾਂ ਬੋਲੋ ਉਹਨਾਂ ਨੂੰ ਮੈਂ ਲੈ ਕੇ ਜਾਣਾ ਸੀ ਮੈਨੂੰ ਵਧੀਆ ਲੱਗਦਾ ਉਹਨਾਂ ਨਾਲ ਘੁੰਮਣਾ ਫਿਰਨਾ ਉਹਨਾਂ ਨੂੰ ਵੀ ਨਾਲ ਰੱਖਣਾ ਵਧੀਆ ਲੱਗਦਾ ਹੈਗਾ ਤੇ ਫਿਰ ਮੇਰੀ ਇਹੀ ਉਹ ਲਵੀਆਂ ਸਰ ਤੇ ਫਿਰ ਇਹਨਾਂ ਨੇ ਕਿਹਾ ਹੈਗਾ ਕਹਿੰਦੀ ਕਹਿੰਦੀ ਕਿ ਮੈਂ ਮਤਲਬ ਉਹਨਾਂ ਨੂੰ ਵੀ ਇਹੀ ਗੱਲ ਕਹੀ ਸੀ ਕਿ ਮੈਂ ਤੁਹਾਡੇ ਤੋਂ ਸੈਟੀਸਫਾਈਡ ਨਹੀਂ ਆਈ ਕਹਿੰਦੀ ਇਹਨਾਂ ਨੂੰ ਹਾਂ ਇੱਕ ਗੱਲ ਸਰ ਹੋਰ ਕਿ ਤੁਹਾਡੇ ਘਰ ਦੇ ਨਹੀਂ ਬੁਲਾਉਂਦੇ ਹੈਗੇ ਕਹਿੰਦੇ ਨਹੀਂ ਨਹੀਂ ਬੁਲਾਉਂਦੇ ਹੈਗੇ ਕਿ ਮੇਰੇ ਘਰ ਦੇ ਮਤਲਬ ਨਹੀਂ ਬੁਲਾਉਂਦੇ ਹੈਗੇ ਮੈਨੂੰ ਤੇ ਕਹਿੰਦੇ ਤੇ ਕੇ ਮਤਲਬ ਮੈਂ ਸਰਟੀਫਾਈ ਨਹੀਂ ਹੈਗੀ ਆ ਕਿ ਤੁਸੀਂ ਆ ਸਾਰੀ ਕੁਝ ਮੈਰਿਜ ਜਿਹੜੀ ਕਰਵਾਈ ਹੈਗੀ ਆ ਇਹ ਇਹ ਕਹਿੰਦੇ ਕਿ ਮਤਲਬ ਇਹਨਾਂ ਦੇ ਮਾਮਾ ਜੀ ਨੇ ਤੁਹਾਨੂੰ ਕਿਹਾ ਹੈ ਕਿ ਜਾ ਕੇ ਇਹਨਾਂ ਨੂੰ ਕੈਨੇਡਾ ਪੱਕੇ ਕਰਾ ਇਹ ਇਹ ਗੱਲ ਹੋਇਆ 3 ਸਾਲ ਸਾਨੂੰ ਕਿ ਕਿ ਇਦਾਂ ਗਿਆ ਹੈਗਾ ਮੈਂ ਫਿਰ ਕਹਿੰਦੇ ਕਿ ਨਹੀਂ ਇਹਨਾਂ ਨੇ ਸਾਬ ਮੰਨ ਕਰਤਾ ਕਿ ਮੈਮ ਕਿ ਤੁਸੀਂ ਸਾਡੀ ਜੋ ਵੀ ਚੀਜ਼ ਆ ਅਸੀਂ ਜੈਨੂਨ ਤਰੀਕੇ ਨਾਲ ਜੈਨੂਨ ਹੈਗੀ ਆ ਸਾਡੀ ਕਿ ਤੁਸੀਂ ਮਤਲਬ ਇਦਾਂ ਨਾ ਕਹੋ ਸਾਨੂੰ ਕਿ ਸਾਡਾ ਰਿਲੇਸ਼ਨ ਫੇਕ ਨਹੀਂ ਹੈਗਾ ਸਾਡਾ ਇੱਕ ਸੱਚਾ ਰਿਲੇਸ਼ਨ ਹੈਗਾ ਕਿ ਕੁਝ ਲੋਕ ਕਹਿੰਦੇ ਕਿ ਜਿਹੜੀ ਇਹ ਚੀਜ਼ ਨੂੰ ਬਦਨਾਮ ਕਰਦੇ ਆ ਕੁਝ ਇਹ ਗੱਲ ਨੀਰਜਨ ਕਹਿੰਦੇ ਕਿ ਜਿਹੜੇ ਕੁਝ ਲੋਕ ਇਸ ਸੀਨ ਨੂੰ ਬਦਨਾਮ ਕਰਦੇ ਆ ਕਿ ਤੁਸੀਂ ਜੈਨੂਨ ਬੰਦੇ ਨਾਲ ਇਦਾਂ ਨਾ ਕਰੋ ਹੂੰ ਹੂੰ ਇਹਨਾਂ ਨੇ ਇਹ ਗੱਲ ਕਹੀ ਸੀ ਉਹਨਾਂ ਨੂੰ ਕਿ ਮਤਲਬ ਇੱਕ ਇੱਕ ਜਿਹੜਾ ਠੀਕ ਬੰਦਾ ਵੀ ਉਹਦੇ ਨਾਲ ਅਸੀਂ ਅਸੀਂ ਲੋਕ ਵੀ ਇਸ ਚੀਜ਼ 'ਚ ਪਿਸੇ ਜਾਂਦੇ ਆ ਕਿ ਜੇ ਜੰਨੀਅਨ ਵਾਲਾ ਵੀ ਹੋਈ ਹੈਗਾ ਕਿ ਉਹ ਵੀ ਬੰਦਾ ਇਸ ਚੀਜ਼ 'ਚ ਪਿਸ ਜਾਂਦਾ ਹੈ ਕੁਝ ਮਾਰੇ ਬੰਦੇ ਆ ਦੇ ਕਰਕੇ ਜੀ ਸੱਚਾਈ ਤੇ ਹੈ ਕਿ ਵੀ ਜਿੰਨੇ ਵੀ ਮੈਰਿਜ ਕੇਸਸ ਹੈ ਨਾ ਜਿਹੜੇ ਕੈਨੇਡਾ ਦੇ ਮੈਰਿਜ ਕਿਸੇ ਇੰਡੀਆ ਤੋਂ ਹਾਂ ਜੀ ਸਰ ਮੈਜੋਰਟੀ ਆਫ ਕੇਸਸ ਹੈ ਜਿਹੜੇ ਨਾਰਥਰਨ ਬੈਲਟ ਦੇ ਦਿੱਲੀ ਪੰਜਾਬ ਹਰਿਆਣਾ ਇਸ ਬੈਲਟ ਦੇ ਆ ਸਾਰੇ ਮਤਲਬ ਮੈਜੋਰਟੀ ਆ ਮਨਸਿੰਗ ਸਾਰੇ ਆ ਤੇ ਇਹ ਸਾਰੇ ਕੇਸਾਂ ਵਿੱਚ ਪੁਰਾਣੇ ਟਾਈਮ ਤੋਂ ਹੁਣ ਤੱਕ ਕਾਫੀ ਫਰਾਡ ਚੱਲਦਾ ਰਿਹਾ ਫਰਾਡ ਮਤਲਬ ਕਿ ਲੋਕਾਂ ਨੇ ਉਸ ਤਰ੍ਹਾਂ ਬਿਗੈਰ ਜੇਨੂਇਨ ਰੀਜ਼ਨ ਕਰਕੇ ਵਿਆਹ ਕਰਾਇਆ ਇਸ ਕਰਕੇ ਸਾਡਾ ਇਮਪ੍ਰੈਸ਼ਨ ਬਹੁਤ ਹੀ ਮਾੜਾ ਚੱਲ ਪਿਆ ਸ਼ੁਰੂ ਤੋਂ ਮਤਲਬ ਕਿ ਇਹ ਅਜਿਹਾ ਨਹੀਂ ਹੈ ਪਿਛਲੇ 25 ਸਾਲ ਤੋਂ ਜਿੱਥੇ ਵੀ ਜਿੱਥੇ ਵੀ ਪੰਜਾਬ ਦਾ ਪਾਸਪੋਰਟ ਪੰਜਾਬ ਦੀ ਮੈਰਿਜ ਉਹ ਉਹਦੇ ਉੱਪਰ ਫਿਰ ਮੰਦਰ ਵਾਲੀ ਮੈਰਿਜ ਤੇ ਉਹਨਾਂ ਨੂੰ ਇੱਕ ਪ੍ਰੈਸੀਡੈਂਸ ਹੁੰਦਾ ਹੈ ਕਿ ਬਈ ਇਹ ਬੰਦੇ ਵੀ ਨਕਲੀ ਕੰਮ ਕਰਦੇ ਆ ਇਹਨਾਂ ਦੇ ਤੇ ਵੀਜ਼ਾ ਲੈ ਕੇ ਕੈਨੇਡਾ ਸੈਟਅਪ ਸੈਟ ਹੋਣਾ ਬਸ ਹੋਰ ਕੋਈ ਹੋਰ ਪੁੱਛਾਲਾ ਨਹੀਂ ਹੈ ਪਰ ਇਹ ਜੋ ਬਹੁਤ ਵੱਡੀ ਕਿ ਇਹ ਗੱਲ ਹੁੰਦੀ ਹੈ ਕਿਉਂਕਿ ਕਿ ਕੋਈ ਬਹੁਤ ਸਾਰੇ ਬਹੁਤ ਸਾਰੇ ਬੰਦੇ ਸਰ ਅੱਜ ਵੀ ਮੈਮੀ ਇਨਕਲੂਡਡ ਆ ਇਸ ਚੀਜ਼ ਕਿ ਬਹੁਤ ਸਾਰੇ ਇਦਾਂ ਦੇ ਬੰਦੇ ਹੈਗੇ ਆ ਕਿ ਜਿਹੜੇ ਮੈਰਿਜ ਦੇ ਤਰੀਕਾ ਅਵੇਅਰ ਹੀ ਨਹੀਂ ਹੈਗੇ ਮਤਲਬ ਕਿ ਉਹਨਾਂ ਦੇ ਇਹੀ ਨਹੀਂ ਮੈਨੂੰ ਐਸਡੀਐਮ ਦੇ ਸਾਹਮਣੇ ਲੈ ਕੇ ਆਏ ਸੀ ਮੈਂ ਤਾਂ ਇਹ ਸੋਚਦਾ ਪਿਆ ਸੀ ਕਿ ਮੇਰੀ ਮੈਰਿਜ ਕੋਰਟ ਮੈਰਿਜ ਹੀ ਆ ਮੈਂ ਕਿਹੜਾ ਇਹ ਸਰ ਸੋਚਦਾ ਸੀ ਮੈਂ ਮਤਲਬ ਉੱਥੇ ਮੰਦਿਰ ਚ ਫੇਰੇ ਹੋਣ ਤੋਂ ਬਾਅਦ ਕੋਰਟ ਚ ਗਏ ਉੱਥੇ ਮਤਲਬ ਰਜਿਸਟ੍ਰੇਸ਼ਨ ਕਰਵਾਣ ਗਏ ਸੀ ਨਾ ਉਹ ਸਰ ਉਹ ਐਸਡੀਐਮ ਮੈਨੂੰ ਪੁੱਛ ਰਹੀ ਸੀ ਕਿ ਕੌਣ ਹੈਗੇ ਮਤਲਬ ਜਿਹਦਾ ਐਸਡੀਐਮ ਨੇ ਪੁੱਛਿਆ ਕਿ ਅੱਛਾ ਇਹਨਾਂ ਦਾ ਨਾਮ ਤੇ ਇਹਨਾਂ ਨਾਲ ਕੌਣ ਆਇਆ ਹੈਗਾ ਇਦਾਂ ਫਿਰ ਅਸੀਂ ਵਿਟਨੈਸ ਹੱਸੇ ਕਿ ਇਹੀ ਆਏ ਮੇਰੇ ਮੰਮੀ ਨੇ ਇਹ ਮੇਰਾ ਦੋਸਤ ਆ ਇਹ ਨਾਲ ਆਇਆ ਤੇ ਮੈਂ ਤਾਂ ਇਹਨੂੰ ਮੈਂ ਤਾਂ ਉਸ ਚੀਜ਼ ਨੂੰ ਹੀ ਮਤਲਬ ਕਾਫੀ ਦੇਰ ਤੱਕ ਕੋਰਟ ਮੈਰਿਜ ਜੇ ਮੇਰੀ ਤੁਹਾਡੇ ਨਾਲ ਗੱਲ ਨਹੀਂ ਹੁੰਦੀ ਤਾਂ ਮੈਨੂੰ ਤਾਂ ਪਤਾ ਨਹੀਂ ਲੱਗਣਾ ਸੀ ਕਿ ਇਹ ਕੋਰਟ ਮੈਰਿਜ ਹੈ ਇਹ ਤਾਂ ਮੈਨੂੰ ਤੁਸੀਂ ਦੱਸਿਆ ਕਿ ਮਤਲਬ ਕਿ ਇਹ ਕੋਰਟ ਮੈਰਿਜ ਨਹੀਂ ਹੈਗੀ ਤੁਹਾਡੀ ਕਿ ਤੁਸੀਂ ਤੁਸੀਂ ਮੈਨੂੰ ਜਦੋਂ ਮੈਂ ਫਸਟ ਟਾਈਮ ਤੁਹਾਡੇ ਨਾਲ ਗੱਲ ਕੀਤੀ ਸੀ ਤੇ ਤੁਸੀਂ ਮੈਨੂੰ ਉਦੋਂ ਹੀ ਕਹਿਤ ਕਹਿੰਦੇ ਕਿ ਆਮਾਨਾ ਤੂੰ ਬੇਕੂਫ ਨਾ ਬਣਾ ਮੈਨੂੰ ਤੁਸੀਂ ਮੈਨੂੰ ਇਦਾਂ ਕਹਿਤਾ ਸੀ ਜੀ ਕਿ ਤੇ ਮੈਂ ਮੈਂ ਕਿਹਾ ਸਰ ਮੈਂ ਕਨਫਿਊਜ਼ ਹੋ ਗਿਆ ਮੈਂ ਕਿਹਾ ਕੀ ਮਤਲਬ ਅੱਛਾ ਇਹ ਕੋਟ ਮੈਰੀ ਨਹੀਂ ਹੈਗੀ ਇਹ ਕੀ ਹੈ ਕਹਿੰਦੇ ਤੁਸੀਂ ਮੰਦਿਰ ਚ ਜਾ ਕੇ ਵਿਆਹ ਕਰਾਇਆ ਫਿਰ ਰਜਿਸਟ੍ਰੇਸ਼ਨ ਹੋਈ ਹੈ ਤੁਹਾਡੀ ਤੁਸੀਂ ਮੈਨੂੰ ਇਹ ਗੱਲ ਕਹੀ ਸੀ ਫਿਰ ਸਰ ਇਹ ਇਹ ਕੁਐਸਚਨ ਮੇਰੇ ਦਿਮਾਗ ਚ ਰਿਹਾ ਮੈਂ ਕਿਹਾ ਇਹ ਉਹਨਾਂ ਨੇ ਪੁੱਛਣਾ ਇਹ ਜੇ ਸਰ ਨੇ ਮੈਨੂੰ ਇਹ ਗੱਲ ਕਹਿ ਦਿੱਤੀ ਮੈਨੂੰ ਅੱਜ ਤੋਂ ਪਹਿਲਾਂ ਕਿਸੇ ਨੇ ਇਹ ਗੱਲ ਹੀ ਨਹੀਂ ਕੀਤੀ ਸਰ ਮੈਂ ਆਪਣੀ ਫਾਈਲ ਲਾਈ ਹੈ ਮੈਨੂੰ ਇਹ ਗੱਲ ਦੱਸਣੀ ਚਾਹੀਦੀ ਸੀ ਪਹਿਲਾਂ ਤੇ ਸਰ ਸਿਰ ਚਲੋ ਥੈਂਕਸ ਸਰ ਕਿ ਤੁਸੀਂ ਮੈਨੂੰ ਮਤਲਬ ਇਹਦੇ ਬਾਰੇ ਵੀ ਦੱਸਿਆ ਹੈਗਾ ਕਿ ਇਦਾਂ ਯਾ ਜਿਹੜੀ ਜਿਹੜੀ ਕੋਰਟ ਜਿਹੜੀ ਕੋਰਟ ਮੈਰਿਜ ਹੈ ਨਾ ਇੱਕ ਜੇ ਤੁਹਾਨੂੰ ਉਹ ਫਾਰਮੂਲਾ ਦੱਸ ਦਿਆਂ ਕੋਰਟ ਮੈਰਿਜ ਆ ਕਿਸੇ ਹੋਰ ਦਾ ਵੀ ਫਾਇਦਾ ਹੋ ਸਕਦਾ ਹੈ ਜਿਹੜੀ ਕੋਰਟ ਮੈਰਿਜ ਹੈ ਨਾ ਕੋਰਟ ਮੈਰਿਜ ਦਾ ਜਿਹੜਾ ਸਰਟੀਫਿਕੇਟ ਹੈ ਉਹਦੇ ਹੇਠਾਂ ਲਿਖਿਆ ਹੋਵੇਗਾ ਮੈਰਿਜ ਅੰਡਰ ਸਪੈਸ਼ਲ ਮੈਰਿਜ ਐਕਟ ਆਫ 1954 ਹਾਂਜੀ 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 ਠੀਕ ਹੈ ਉਹਦੇ ਵਿੱਚ ਇਹ ਇਸ ਤਰ੍ਹਾਂ ਦਾ ਲਿਖਿਆ ਹੋਵੇਗਾ ਜਿਹੜੀ ਬਾਕੀ ਰੈਗੂਲਰ ਮੈਰਿਜ ਹੈ ਉੱਥੇ 1954 ਦਾ ਜ਼ਿਕਰ ਕਦੇ ਵੀ ਨਹੀਂ ਆਏਗਾ ਠੀਕ ਹੈ ਸਰ ਤਾਂ ਇਹ ਇਹ ਫਰਕ ਹੈ ਆਫਕੋਰਸ ਮੈਂ ਮੈਂ ਤਾਂ ਤੁਹਾਨੂੰ ਦਿੱਲੀ ਦਾ ਦੱਸ ਸਕਦਾ ਕਿਉਂਕਿ ਮੈਂ ਇੱਥੇ ਦਾ ਮੋਹੱਲੀ ਦਾ ਮੇਰੇ ਕੋਲ ਇਸ ਵਕਤ ایکسپੀਰੀਅੰਸ ਨਹੀਂ ਹੈ ਮੋਹੱਲੀ ਵਿੱਚ ਕੁਝ ਲੋਕ ਜਿਹੜੇ ਮੈਰਿਜ ਕਰਕੇ ਆਏ ਐ ਤੇ ਉਹਨਾਂ ਨੇ ਮੈਨੂੰ ਦੱਸਿਆ ਹੋ ਗਈ ਉਹ ਹੁੰਦੀ ਉੱਥੇ ਵੀ ਐਸੇ ਇਟ ਕੈਨ ਹੈਪਨ 올ਓਵਰ ਇੰਡੀਆ ਬਾਈ ਦਵੇ ਸੋ ਦਿੱਲੀ ਦਿੱਲੀ ਦੀ ਜਿਹੜੇ 30 ਹਜ਼ਾਰੀ ਕੋਰਟ ਹੈ ਹਾਂਜੀ ਹਾਂਜੀ 30 ਹਜ਼ਾਰੀ ਕੋਰਟ ਸੁਣਿਆ ਹੋਗਾ ਤੁਸੀਂ ਸ਼ਾਇਦ ਨਾ ਵੀ ਬੜੀ ਮਸ਼ਹੂਰ ਕੋਰਟ ਹੈ ਜਿਹੜੀ ਕਚੈਰੀ ਉੱਥੇ ਵਰਨੇ ਉੱਥੇ ਭੇਜਿਆ ਸੀ ਸਾਨੂੰ 30000 ਰੁਪਏ ਦਾ 30000 ਰੁਪਏ ਦੇ ਵਕੀਲ ਸੀ ਅੱਗੇ ਸਾਨੂੰ ਜਿਹੜੇ ਮਿਲੇ ਸੀ ਉੱਥੇ ਨਹੀਂ ਉਹ ਵਕੀਲ ਤੇ 30000 ਦੀ ਹੋਣਗੇ ਤੇ 30000 ਤੇ ਚੈਂਬਰ ਹੈ ਬੈਠੇ ਨਾ ਕਈ ਉੱਥੇ ਵਕੀਲ ਦੁਕਾਨ ਲਾ ਕੇ ਬੈਠੇ ਹੋ ਉੱਥੇ ਚੈਂਬਰ ਹੈ ਬਾਕੀ ਕਿਸੇ ਨੇ ਅਗਰ ਜਿਹੜਾ ਦਿੱਲੀ ਦਾ ਡੋਮੈਸਾਈਲ ਹੈ ਅਗਰ ਦਿੱਲੀ ਦਾ ਉਹਦੇ ਕੋਲ ਆਈਡੀਆਂ ਵਗੈਰਾ ਹੈ ਤੇ ਉੱਥੇ 30000 ਰੁਪਏ ਵਿੱਚ ਜਾ ਕੇ ਆ ਉੱਥੇ ਜਾ ਕੇ ਤੁਸੀਂ ਪ੍ਰੋਪਰ ਮੈਰਿਜ ਕਰ ਸਕਦੇ ਹੋ ਪ੍ਰੋਪਰ ਮਤਲਬ ਕਿ ਮੈਰਿਜ ਜਿਦਾਂ ਫਾਰਮ ਭਰ ਕੇ ਉਹਨਾਂ ਦੇ ਅਫਸਰ ਦੇ ਸਾਹਮਣੇ ਸਾਈਨ ਕਰਕੇ ਵਿਦਨ ਹਾਫ ਅਨ ਮਤਲਬ ਉਹ ਇਹ ਹੋ ਇਹ ਹੁੰਦੀ ਹੈ ਤੇ ਇੱਕ ਮੈਨੂੰ ਕਲਾਇੰਟ ਨੇ ਦੱਸਿਆ ਸੀ ਉਹਨਾਂ ਦਾ ਖਰਚਾ ਮੇਰੇ ਖਿਆਲ 3-4000 ਰੁਪਏ ਆਇਆ ਸੀ ਬਸ ਦੈਟਸ ਇਟ ਕੋਈ ਕੋਈ ਹੋਰ ਜਿਆਦਾ ਕੋਈ ਬੈਂਡ ਬਾਜਾ ਕੋਈ ਕੋਈ ਫੋਟੋ ਫਾਟੋ ਕੋਈ ਹਵਨ ਕੋ ਨਾਥਿੰਗ ਸਿਰਫ ਵਿਦ ਇਨ ਲੈਸ ਦੈਨ 5000 ਰੁਪੀਸ ਯੂ ਗੈਟ ਅ ਮੈਰਿਜ ਸਰਟੀਫਿਕੇਟ ਐਂਡ ਇਟ ਡਨ ਅੱਛਾ ਉਹ ਜਦੋਂ ਮੈਂ ਚੰਡੀਗੜ੍ਹ ਜਿਹੜਾ ਚੰਡੀਗੜ੍ਹ ਸਾਡਾ ਵਕੀਲ ਸੀ ਨਾ ਸਰ ਮੈਂ ਉਹ ਤੋਂ ਗਿਆ ਸੀ ਤੇ ਮੈਂ ਉਹਨਾਂ ਇਹ ਗੱਲ ਕੀਤੀ ਸੀ ਮੈਂ ਕਿਹਾ ਕਿ ਮਤਲਬ ਸਰ ਕਿ ਅਸੀਂ ਮੈਰਿਜ ਕਰਵਾਣੀ ਸਾਡੀ ਹੋ ਨਹੀਂ ਰਹੀ ਹੈ ਮੈਂ ਉਹਨੂੰ ਇਹ ਗੱਲ ਕਹੀ ਮੈਂ ਕਿਹਾ ਸਾਡੀ ਹੋ ਨਹੀਂ ਰਹੀ ਹੈ ਤੇ ਸਾਡੀ ਕੋਰਟ 'ਚ ਮੈਰਿਜ ਹੋ ਜਾਵੇ ਮੈਂ ਇਹ ਇਹੀ ਗੱਲ ਕਹੀ ਸੀ ਉਹਨਾਂ ਨੂੰ ਚੰਡੀਗੜ੍ਹ ਦਾ ਸੀ ਸਾਡਾ ਵਕੀਲ ਉਹਨੇ ਉਹਦੇ ਇਹਨਾਂ ਦੇ ਅੱਗੇ ਕੰਟੈਕਟ ਹੁੰਦੇ ਆ ਕਹਿੰਦੇ ਕਿ ਮਤਲਬ ਇੱਥੇ ਚੰਡੀਗੜ੍ਹ ਤਾਂ ਹੋਣੀ ਨਹੀਂ ਕਹਿੰਦੇ ਤੁਹਾਡੀ ਇਦਾਂ ਕਰਦੇ ਆ ਕਿ ਦਿੱਲੀ ਕਰਵਾ ਦਈਏ ਕਹਿੰਦੇ ਮਗਰ ਠੀਕ ਹੈ ਮੈਂ ਕਿ ਕੋਈ ਕាល ਨਹੀਂ ਮੈਂ ਦਿੱਲੀ ਮੈਂ ਉਸ ਉਸ ਟਾਈਮ ਸਰ ਜੌਬ ਕਰਦਾ ਸੀ ਦਿੱਲੀ ਮੈਂ ਕਿ ਕੋਈ ਕាល ਨਹੀਂ ਦਿੱਲੀ ਵੀ ਜਾਣਦਾ ਦਿੱਲੀ ਦਿੱਲੀ ਮੈਂ ਕਿ ਕੋਈ ਕាល ਨਹੀਂ ਦਿੱਲੀ ਕਰਵਾ ਦੋ ਸਰ ਜੇ ਉੱਥੇ ਕੋਟ ਮੈਰਿਜ ਹੁੰਦੀ ਹੈ ਕਹਿੰਦੇ ਚੰਡੀਗੜ੍ਹ ਤਾਂ ਹੋਣੀ ਨਹੀਂ ਹੈਗੀ ਮਤਲਬ ਸਰ ਮੈਨੂੰ ਇਹੀ ਨਹੀਂ ਸਮਝ ਆਉਂਦਾ ਕਿ ਮੈਨੂੰ ਹਰ ਜਗ੍ਹਾ ਤੋਂ ਨਾ ਕਿਉਂ ਹੁੰਦੀ ਪਈਗੀ ਪਹਿਲਾਂ ਮਤਲਬ ਗੁਰਦੁਆਰੇ ਵਾਲੇ ਕਹਿੰਦਾ ਕਿ ਤੁਹਾਡੀ ਨਹੀਂ ਹੋਣੀ ਫਿਰ ਜੇ ਵਕੀਲ ਤੋਂ ਜਾਓ ਤਾਂ ਵਕੀਲ ਕਹਿੰਦਾ ਚੰਡੀਗੜ੍ਹ ਨਹੀਂ ਹੋਣੀ ਠੀਕ ਹੈ ਸਰ ਫਿਰ ਦਿੱਲੀ ਭੇਜਤਾ ਕਿ ਮਤਲਬ ਇਹ ਇਹ ਪਤਾ ਨਹੀਂ ਸਰ ਕਿ ਇਸ ਇਸ ਚੀਜ਼ ਨੂੰ ਇੰਨਾ ਜ਼ਿਆਦਾ ਕਿਉਂ ਮਤਲਬ ਬੰਦੇ ਫਿਰ ਬੰਦਾ ਸੋਚਦਾ ਕਿ ਯਾਰ ਕਿ ਇਦਾਂ ਬੰਦਾ ਕਰਵਾਉਂਦਾ ਪਿਆ ਮੈਰਿਜ ਦੇ ਘਰੇ ਤਾਂ ਨਹੀਂ ਹੁੰਦੀ ਅਸੀਂ ਅਡਲਟ ਹੋਣ ਦੇ ਬਾਵਜੂਦ ਵੀ ਸਾਨੂੰ ਹਰ ਜਗ੍ਹਾ ਤੇ ਨਾ ਹੁੰਦੀ ਪਈ ਹੈ ਇਹ ਸਰ ਬਹੁਤ ਵੱਡੀ ਗੱਲ ਆ ਇਕ ਇਟ ਇਜ਼ ਕੁਆਇਟ ਵੈਰੀ ਅਨਫੋਰਚੂਨੇਟ ਦੇ ਡੈਫੀਨਿਟਲੀ ਵਕੀਲ ਸਾਹਿਬ ਦਾ ਜਿਨ੍ਹਾਂ ਦਾ ਪੇਸ਼ਾ ਹੈ ਵਕਾਲਤ ਕਰਨਾ ਉਹਨਾਂ ਨੂੰ ਐਟ ਲੀਸਟ ਤੁਹਾਨੂੰ ਰਾਹ ਪਾ ਦੇਣੀ ਸੀ ਕਿ ਵੀ ਠੀਕ ਹੈ ਮੈਂ ਮੇਰੇ ਕੋਲ ਕੋਈ ਸੈਟਿੰਗ ਨਹੀਂ ਹੈ ਤੁਸੀਂ ਉਧਰ ਚਲੇ ਜਾਓ ਜਾਂ ਕਿਸੇ ਹੋਰ ਕੋਲ ਚਲੇ ਜਾਓ ਜਾਂ ਹਾਈ ਕੋਰਟ ਜਾ ਕੇ ਮੁਹਾਲੀ ਜਾ ਕੇ ਉਥੇ ਪਤਾ ਕਰ ਲਓ ਲੇਕਿਨ ਗੱਲ ਫਿਰ ਉਹੀ ਹੁੰਦੀ ਨਾ ਬਿਜ਼ਨਸ ਹੈ ਦੁਕਾਨਦਾਰੀ ਹੈ ਇਹਨਾਂ ਦੇ ਕੁਛ ਨਾ ਕੁਛ ਤੁਹਾਡੇ ਤੋਂ ਪੈਸੇ ਚਾਰਜ ਕੀਤੇ ਮੇਰੇ ਖਿਆਲ 25-30000 ਰੁਪਏ ਲੇ ਸ਼ਾਇਦ ਬਾਦੀ ਸਰ ਮਤਲਬ ਤਕਰੀਬਨ ਅਰਾਊਂਡ 40000 ਰੁਪਏ ਸਰ 40000 ਹਾਂ ਤੇ 40000 ਵਿੱਚ ਕੁਛ ਹਿੱਸਾ ਵਕੀਲ ਸਾਹਿਬ ਦਾ ਹੈ ਕੁਛ ਹਿੱਸਾ ਪੰਡਿਤ ਜੀ ਦਾ ਹੈ ਕੁਛ ਹਿੱਸਾ ਬਿジネス ਬੁਟੀਸ ਦਾ ਹੈ ਬਸ ਇਸ ਤਰ੍ਹਾਂ ਕਰਕੇ ਸਾਰੇ ਆਪਣੇ ਮਿਲ ਵੰਡ ਕੇ ਜਿਹੜੇ ਖਾ ਪੀ ਕੇ ਪਾਸੇ ਹੋ ਗਏ ਬਾਕੀ ਮਤਲਬ ਕਿ ਜਿਹੜਾ ਕਲਾਇੰਟ ਹੈ ਉਹ ਉਹਦਾ ਉਹਦੀ ਉਹਦੀ ਸਮੱਸਿਆ ਪਹਿਲਾਂ ਵੀ ਹੱਲ ਨਹੀਂ ਹੋਈ ਤੇ ਹੁਣ ਫਿਊਚਰ ਲਈ ਉਹਦਾ ਉਹ ਲਿੰਗਰ ਔਨ ਚੱਲ ਰਿਹਾ ਕੰਮ ਸੋ ਸੋ ਇਸ ਸੋ ਇਸ ਤਰ੍ਹਾਂ ਇੱਕ ਪਾ ਤੁਹਾਨੂੰ ਸਕਰੀਨ ਤੇ ਦਿਖਾ ਦਿੰਦਾ ਸ਼ਾਇਦ ਸਕਰੀਨ ਤੇ ਦੇਖਦੇ ਆਂ ਸ਼ਾਇਦ ਸਕਰੀਨ ਤੇ ਨਜ਼ਰ ਆ ਜਾਏ ਇੱਕ ਸਕਿੰਟ ਤੁਹਾਨੂੰ ਦਿਖਾ ਦਿੰਦਾ ਸਪੈਸ਼ਲ ਮੈਰਿਜ ਐਕਟ ਹੈ ਕਿ ਐਲ ਐਨ ਸੀ ਇਫ ਆਈ ਕੈਨ ਸ਼ੋ ਯੂ ਔਨ ਦ ਸਕਰੀਨ ਇੱਕ ਸਕਿੰਟ ਹੋਲਡ ਕਰ ਜਾ ਭਾਈ स्क्रीन पे नजर आ रहा है कुछ नहीं सर ब्लैंक ही है इस वक्त और इस वक्त भी ब्लैंक है हां जी सर आप पर दो वाला ट्राई कर दीजिए स्पेशल मैरिज एक्ट ओ देखो शायद। उन भी नहीं आ ए, नहीं नहीं सर नहीं इतदा कर रहे हो सर कोई ना whatsapp पे सेंड कर रहे हो मेरे को ਤੁਸੀਂ ਅੱਛਾ ਅੱਛਾ ਮੈਂ ਦਿਖਾ ਰਿਹਾ ਐਕਚੁਅਲੀ ਵਾਟ ਇਜ਼ ਸਪੈਸ਼ਲ ਮੈਰਿਜ ਐਕਟ ਆ ਗਿਆ ਆ ਗਿਆ ਸਰ ਆ ਗਿਆ ਹੁਣ ਆ ਗਿਆ ਹਾਂ ਇਹ ਤੇ ਮੈਂ ਇਹ ਵੀ ਗੂਗਲ ਤੇ ਟਾਈਪ ਕੀਤਾ ਐਕਚੁਅਲੀ ਤੇ ਉਹ ਇੰਡੀਆ ਟੁਡੇ ਦੀ ਇੱਕ ਆਰਟੀਕਲ ਉਹ ਆ ਗਈ ਲਿੰਕ ਪਹਿਲਾਂ ਵਾਟ ਇਜ਼ ਸਪੈਸ਼ਲ ਮੈਰਿਜ ਐਕਟ ਆਲ ਯੂ ਨੀਡ ਟੂ ਨੋ ਬਹੁਤ ਕੁਝ ਪ੍ਰੋਪਰਲੀ ਮਤਲਬ ਜੇ ਪਤਾ ਕਰਨਾ ਹੈ ਬਦਬ ਸਮਰੀ ਤੁਸੀਂ ਦੇਖ ਲਓ ਆਹ ਦੇਖੋ ਲਿਖਿਆ ਜਿਹੜੇ ਮੈਂ ਤੁਹਾਨੂੰ ਪਹਿਲਾਂ ਹੁਣ ਥੋੜੇ ਦੇ ਪਹਿਲਾਂ ਦੱਸ ਚੁੱਕਿਆ ਕਿ ਸਪੈਸ਼ਲ ਮੈਰਿਜ ਐਕਟ ਹੁੰਦੀ ਹੈ 1954 ਅਲਾਉਸ ਟੂ ਪੀਪਲ ਓਨ ਡਿਫਰੈਂਟ ਰਿਲੀਜਨ ਬਲਬਲਬਲਾ ਸਭ ਕੁਝ ਹੈ ਸੋ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਤੁਸੀਂ ਉਹ ਕਰ ਸਕਦੇ ਹੋ 30 ਡੇਸ ਪਹਿਲਾਂ ਨੋਟਿਸ ਦੇਣਾ ਹੁੰਦਾ ਹੈ ਉਹਨਾਂ ਨੂੰ ਆਨਲਾਈਨ ਮੈਰਿਜ ਰਜਿਸਟ੍ਰੇਸ਼ਨ ਪਤਾ ਨਹੀਂ ਇਹਦਾ ਸ਼ਾਇਦ ਕੋਈ ਪ੍ਰਾਈਵੇਟ ਕੰਪਨੀ ਹੈ ਪਰ ਇਹ ਜਾ ਕੇ ਸਪੈਸ਼ਲ ਮੈਰਿਜ ਐਕਟ ਦੀ ਕਾਫੀ ਕੁਝ ਇਨਫੋਰਮੇਸ਼ਨ ਦਿੰਦੀ ਹੈ ਹਾਈ ਕੋਰਟ ਜਾ ਕੇ ਜੋ ਜਿੱਥੇ ਰਹਿ ਰਿਹਾ ਆਪਣਾ ਹਾਈ ਕੋਰਟ ਜਾ ਕੇ ਪਤਾ ਕਰ ਲੇ ਜਾਂ ਨਹੀਂ ਪਤਾ ਕਿਸ ਨੂੰ ਹਾਈ ਕੋਰਟ ਕਿੱਥੇ ਵਕੀਲ ਨੂੰ ਕਹਦੇ ਬਾਈ ਹਾਈ ਕੋਰਟ ਤਾਂ ਮੈਨੂੰ ਰਾਹ ਦੱਸ ਦਿਓ ਵੀ ਮੈਂ ਉੱਥੇ ਜਾਣਾ ਬਸ ਐਂਕੀ ਸੁਣਾਉਣਾ ਇਹ ਤਾਂ ਪਤਾਵਾਗਾ ਵੀ ਕਿੱਥੇ ਹਾਈ ਕੋਰਟ ਸੋ ਇਹ ਇਹਦੇ ਹੇਟਾ ਜਦ ਮੈਰਿਜ ਹੋਏਗੀ ਸੋ ਦਿਸ ਇਜ਼ ਦੀ ਬੈਸਟ ਮੈਰਿਜ ਪੋਸੀਬਲ ਇਹ ਸਰ ਕਿੰਨੇ ਦਿਨ ਚ ਹੋ ਜਾਂਦੀ ਹੈ ਜਿੱਦਾਂ ਮਤਲਬ ਇਹ ਜਿੱਦਾਂ ਕੋਰਟ ਮੈਰਿਜ ਸਰ 30 30 ਡੇਸ ਦਾ ਕਹਤ ਰਹੇ ਨੋਟਿਸ ਹੈ ਤੁਸੀਂ ਜਾ ਕੇ ਉੱਥੇ ਆਪਣਾ ਫਾਰਮ ਭਰੋ ਤੇ 30 ਦਿਨ ਦਾ ਤੁਹਾਨੂੰ ਨੋਟਿਸ ਆਪਣੇ ਰਿਕਾਰਡ 'ਚ ਰੱਖਦੇ ਆ ਕਿ ਵੀ 30 ਦਿਨ ਸਬ쳐 ਕਰ ਕਿਸ ਨੂੰ ਕੋਈ ਅਗਰ ਆਬਜੈਕਸ਼ਨ ਹੈ ਤੇ ਦੱਸ ਦੇ ਕਿ ਵੀ ਇਹਨਾਂ ਦੀ ਮੈਰਿਜ ਕਿਉਂ ਨਾ ਰੋਕ ਰੋਕ ਦਿੱਤੀ ਜਾਏ ਅੱਜ ਜਿਹੜੀ ਜਿਹੜੀ ਨਵੀਂ ਤਬਦੀਲੀ ਹੈ ਜਿਹੜੀ ਮੈਨੂੰ ਪਤਾ ਪਤਾ ਚੱਲੀ ਸੀ ਪਿਛਲੇ ਸਾਲ ਤੋਂ ਕਿ ਵੀ ਤੁਹਾਡੇ ਜਿਹੜੇ ਪੇਰੈਂਟਸ ਨੂੰ ਸਪੈਸ਼ਲੀ ਜਿੱਥੇ ਇੱਕ ਲੋਕੀ ਜਿਸ ਤਰ੍ਹਾਂ ਇੰਟਰ ਕਾਸਟ ਹੈ ਇੰਟਰ ਲਵ ਮੈਰਿਜ ਇਸ ਤਰ੍ਹਾਂ ਕਰਦੇ ਸੀ ਕਿ ਵੀ ਕਿਸ ਨੂੰ ਪਤਾ ਨਾ ਲੱਗ ਜਾਏ ਤੇ ਵੀ ਪੇਰੈਂਟਸ ਨੂੰ ਨੋਟੀਫਾਈ ਕਰਨ ਦੀ ਲੋੜ ਨਹੀਂ ਹੁੰਦੀ ਅੱਛਾ ਜਿਹੜੇ ਵਕੀਲ ਤੁਹਾਨੂੰ ਅੱਜ ਕਹਿ ਰਹੇ ਕਿ ਨਹੀਂ ਜੀ ਪੇਰੈਂਟਸ ਨੂੰ ਅਸੀਂ ਚਿੱਠੀ ਭੇਜਾਂਗੇ ਡੈਟਮੀ ਸੁਣਾ ਨੂੰ ਪ੍ਰੋਸੀਜਰ ਪਤਾ ਨਹੀਂ ਹੈ ਤੁਸੀਂ ਉਹਨਾਂ ਨੂੰ ਕਹੋ ਸਸਟੀ ਕਾਲ ਦੀ ਬਾਏ ਬਾਏ ਆਮ ਗੋਇੰਗ ਟੂ ਸਮਵੇਅਲਸ ਹਾਂਜੀ ਸਰ ਇਹ ਵੀ ਚੀਜ਼ ਤੇ ਕਿ ਸਮਨ ਜਾਂਦੇ ਆ ਘਰ ਜਾਂਦੇ ਆ ਸਮਨ ਜਾਂਦੇ ਆ ਇਦਾਂ ਕਹਿੰਦੇ ਆ ਸਰ ਨਹੀਂ ਅੱਜ ਨਹੀਂ ਅੱਜ ਅੱਜ ਸਮਨ ਨਹੀਂ ਜਾਂਦੇ ਮੈਂ ਸਮਨ ਵਾਲਾ ਵੀ ਤੁਹਾਨੂੰ ਕੋਰਟ ਕੇਸ ਤੁਹਾਨੂੰ ਮੈਂ ਦੱਸ ਦੇਣਾ ਇੱਥੇ ਤੁਹਾਨੂੰ ਦੇਖ ਦਿੰਦਾ ਮੈਂ ਅਗਰ ਗੂਗਲ ਤੇ ਪਤਾ ਲੱਗ ਜਾਏ 1 ਸੈਕਿੰਡ ਹੋਲਡ ਕਰਨਾ ਸ਼ਾਇਦ ਹਨ ਮੈਂ ਉਹ ਸ਼ੋਅ ਕਰ ਦੇਣਾ ਇਸ

अलाहाबाद हाई कोर्ट ने तुम तो मैं दिखा देना स्क्रीन पे एक्चुअली अगर शायद नजर आ जाए स्क्रीन पे लेट्स सी देखो स्क्रीन पे आया कुछ हल्ले नहीं, नहीं आया सर आजू शायद थोड़े टाइम तक तो पहले भी टाइम आ जाएगा आया आया नहीं नहीं हल्ले बुलाया क्या सर अभी भी ब्लैंक है माय गॉड स्काइप एक्चुअली कम नहीं करता प्रॉपर कई बार आई एम नॉट सेटिस्फाइड विद द क्वालिटी ऑफ स्काइप समटाइम्स एक बार हो ट्राई कर लेने ठीक है बाकी बाकी दोस्तों तुसी भी अगर गूगल पे टाइप करके अगर करना है तो कर सकते हो हुन आ, हुन आ गया कि नहीं नहीं सर ਨੇ ਆ اوكي ਸੋ ਅਲਾਬਾਦ ਹਾਈ ਕੋਰਟ ਦਾ ਇੱਕ ਆਰਡਰ ਹੈ ਸਪੈਸ਼ਲ ਮੈਰਿਜ ਐਕਟ ਦੇ ਹਟਾ ਤੇ ਜਿਹਦੇ ਵਿੱਚ ਮਤਲਬ ਕਿ ਕੋਰਟ ਨੇ ਇਨਫੋਰਮੇਸ਼ਨ ਤੁਹਾਡੀ ਮੈਰਿਜ ਦੀ ਇਨਫੋਰਮੇਸ਼ਨ ਪਬਲੀਕਲੀ ਨਹੀਂ ਡਿਸਕਲੋਸ ਕਰਨੀ ਕਿਸੇ ਨੂੰ ਇਨਕਲੂਡਿੰਗ ਯਰ ਪੇਰੈਂਟਸ ਹਾਂਜੀ ਹਾਂਜੀ ਠੀਕ ਹੈ ਉਹਦਾ ਨਾਮ ਵੀ ਤੁਹਾਨੂੰ ਮੈਂ ਪੜ ਦੇਣਾ ਉਹਦਾ ਨਾਮ ਹੈ ਸਫੀਆ ਸੁਲਤਾਨਾ ਵਰਸਸ ਸਟੇਟ ਆਫ ਉੱਤਰ ਪ੍ਰਦੇਸ਼ ਗੂਗਲ ਤੇ ਟਾਈਪ ਕਰ ਲਓ ਤੇ ਆ ਜਾਏਗਾ ਇਹਦੇ ਇੱਕ ਜੋ ਲਾਈਨ ਹੈ चलो नहीं आया सफिया उत्तर प्रदेश है ਤੇ ਇਹਦਾ ਇਹਦਾ ਪਰਪਸ ਇਹ ਸੀ ਇਸ ਕੇਸ ਦਾ ਕਿਉਂ ਇਹ ਪਬਲਿਸਿਟੀ ਚ ਆਇਆ ਕਿ ਵੀ ਨੋਟਿਸ ਹੈ ਜਿਹੜਾ ਨੋਟਿਸ ਅੰਡਰ ਸੈਕਸ਼ਨ 6 ਐਂਡ 7 ਆਫ ਸਪੈਸ਼ਲ ਮੈਰਿਜ ਐਕਟ ਇੱਕ ਨੋਟਿਸ ਦੇਣਾ ਮੰਡਟਰੀ ਨਹੀਂ ਹੈ ਕਿਸੇ ਵੀ ਕਰਦਿਆ ਨੂੰ ਚਿੱਠੀ ਨਹੀਂ ਜਾਏਗੀ ਕਿ ਤੁਹਾਡੇ ਬੱਚੇ ਦੀ ਮੈਰਿਜ ਹੋ ਰਹੀ ਹੈ ਤੁਸੀਂ ਆ ਕੇ ਕੁਝ ਕਰਨਾ ਹੈ ਤੇ ਕਰ ਲਓ ਇਸੇ ਡਰ ਕਰਕੇ ਲੋਕੀ ਕਰਦੇ ਨਹੀਂ ਸੀ ਸੋ ਇਹ ਆਪਣਾ ਮੈਂ ਇਹਦਾ ਲਿੰਕ ਵੀ ਪਾ ਦੇਗਾ ਇਹਦੇ ਵੀਡੀਓ ਦੇ ਹਿੱਤਾ ਪਰ ਇਹਦਾ ਪੂਰਾ ਨਾਮ ਹੈ ਸਫੀਆ ਸੁਲਤਾਨਾ ਵਰਸਸ ਸਟੇਟ ਆਫ ਉੱਤਰ ਪ੍ਰਦੇਸ਼ Google ਤੇ ਟਾਈਪ ਕਰਕੇ ਤੁਸੀਂ ਦੇਖ ਸਕਦੇ ਹੋ ਬਰਾਲ ਸਿੰਘ ਜੀ ਉਹ ਬਾਈ WhatsApp ਐਸ ਵੈਲ ਠੀਕ ਹੈ ਸਰ ਠੀਕ ਹੈ ਜੀ ਇਹ ਹੁਣ ਦੱਸੋ ਹਾਂ ਗੋ ਅਹ ਜੀ ਸਰ ਜਿੱਦਾਂ ਹੁਣ ਸਰ ਕਈ ਬੰਦੇ ਬਾਹਰੋਂ ਆਂਦੇ ਆ ਹਨਾ ਮੈਰਿਜ ਕਰਵਾਣ ਆਂਦੇ ਆ ਜੀ ਤੇ ਉਨਾਂ ਨੂੰ ਸਰ ਮਤਲਬ ਇਹੀ ਹੁੰਦਾ ਕਿ ਜਿੱਦਾਂ ਲਵ ਮੈਰਿਜ ਹੋਣ ਜਿੱਦਾਂ ਤੁਸੀਂ ਕਹਿਆ ਕਿ 13 ਡੇਸ ਦਾ ਇੱਕ ਨੋਟਿਸ ਉੱਥੇ ਸਾਨੂੰ ਸਟੇ ਕਰਨਾ ਪਊਗਾ ਉਹਨਾਂ ਨੂੰ 30 ਦਿਨ ਫਿਰ 30 ਦਿਨ ਤੱਕ ਰਹਿਣੇ ਪਊਗਾ ਨਾ ਹਨਾ ਸਰ ਆਈ ਐਮ ਨਾਟ ਸ਼ੋਰ ਆਈ ਐਮ ਨਾਟ ਸ਼ੋਰ ਕਿ ਤੁਹਾਨੂੰ ਉੱਥੇ ਫਿਜ਼ੀਕਲੀ ਉੱਥੇ ਉਸ ਏਰੀਆ ਵਿੱਚ ਤੁਹਾਨੂੰ ਰਹਿਣ ਦੀ ਰਾਇਸ਼ਟੀ ਲੋਡ ਹੈ ਕਿ ਨਹੀਂ ਹੈ ਪਰ ਹਾਂ ਇਹ ਜ਼ਰੂਰ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਹਾਈ ਕੋਰਟ ਬਖਰੇ ਹੈ ਜਿਸ ਤਰ੍ਹਾਂ ਕੋਈ ਅਲਾਬਾਦ ਹੈ ਕੋਈ ਦਿੱਲੀ ਹੈ ਕੋਈ ਪੰਜਾਬ ਹੈ ਕੋਈ ਗੁਜਰਾਤ ਹੈ ਸਮਥਿੰਗ ਤੇ ਵੀ ਉਥੇ ਦੇ ਲੋਕ ਹੀ ਉਸ ਡੋਮਿਸਾਈਲ ਜਿਹਨਾਂ ਕੋਲ ਹੈ ਉਹੀ ਕਰਾ ਸਕਦੇ ਨਹੀਂ ਇਹਦੇ ਬਾਰੇ ਰੂਲ ਦਬਾਣਾ ਮੈਨੂੰ ਪਤਾ ਨਹੀਂ ਇਹ ਜ਼ਰੂਰ ਕਿਸੇ ਜਿਹੜਾ ਉਸ ਏਰੀਆ ਦਾ ਜਿਹੜਾ ਐਡਵੋਕੇਟ ਹੈ ਉਸ ਤੋਂ ਜ਼ਰੂਰ ਤੁਸੀਂ ਪੁੱਛ ਲਿਆ ਕਰੋ ਇਨਫੈਕਟ ਐਡਵੋਕੇਟ ਤੇ ਵੀ ਮੈਂ ਉਹ ਪਰੇਸ਼ਾਨੀ ਕਰਦਾ ਕਿਉਂਕਿ ਐਡਵੋਕੇਟ ਨੂੰ ਜਿੱਥੇ ਉਹਨਾਂ ਜਿੱਥੇ ਉਹਨਾਂ ਦਾ ਫਾਇਦਾ ਹੁੰਦਾ ਉਹ ਉਹੀ ਤਾਂ ਇਨਫੋਰਮੇਸ਼ਨ ਦੱਸਦੇ ਆ ਤੁਹਾਨੂੰ ਬਾਈ ਸੋ ਫਿਰ ਉਹ ਕਹਿੰਦੇ ਵੀ ਆ ਤੁਸੀਂ ਮੰਦਰ ਮੰਦਰ ਵਾਲਾ ਆ ਜਾਓ ਸੋ ਬੈਟਰ ਹੈ ਕਿ ਬੈਟਰ ਹੈ ਕਿ ਹਾਈ ਕੋਰਟ ਤੇ ਜਾ ਕੇ ਫਿਜ਼ੀਕਲੀ ਇੱਕ ਦਿਨ ਜਾ ਕੇ ਜੇ ਇੰਨਾ ਵੱਡਾ ਸਟੈਪ ਲੈ ਰਹੇ ਹੋ ਤੇ ਇੱਕ ਦਿਨ ਫਿਜ਼ੀਕਲੀ ਜਾ ਕੇ ਹਾਈ ਕੋਰਟ ਦੇ ਅੰਦਰ ਦਫ਼ਤਰ ਜਾ ਕੇ ਆਪ ਹੀ ਪੁੱਛ ਲਓ ਭਾਈ ਆਪ ਹੀ ਕੌਣ ਹੈ ਸੈਕਸ਼ਨ ਆਫਿਸਰ ਦੱਸ ਦੋ ਜੀ ਕਿ ਤੁਹਾਡੇ ਕੀ ਰੂਲ ਹੈ ਫਾਰਮ ਦਿਖਾ ਦਿਓ ਆਪਣੇ ਹਾਂਜੀ ਸਰ ਕਿਉਂਕਿ ਸਰ ਬਹੁਤ ਸਾਰੇ ਬੰਦੇ ਇਦਾਂ ਨੇ ਮੇਰੇ ਕੇਸ ਮੈਂ ਖੁਦ ਕਹਿਣਾ ਪਿਆ ਕਿ ਜਿੱਦਾਂ ਨੀਰਜਾ 45 ਡੇਜ਼ ਲਈ ਆਈ ਸੀ ਪਹਿਲਾਂ ਹਨਾ ਵਿਆਦ 45 ਡੇਜ਼ ਲਈ ਆਈ ਸੀ ਤੇ 45 ਡੇਜ਼ ਸਰ ਹੁਣ ਹੁਣ ਕਈ ਬੰਦਿਆਂ ਨੂੰ ਜਿੱਦ ਹੁਣ 30 30 ਦਿਨ ਦਾ ਕਹਿੰਦੇ ਕਿ ਮਤਲਬ ਨੋਟਿਫਾਇਰ ਆਊਟ ਆਫ ਕੰਟਰੀ ਤਾਂ ਨਹੀਂ ਜਾ ਸਕਦਾ ਹੁਣ ਨਾ 30 ਦਿਨ ਤੱਕ ਸਰ ði નોટિસ નોટિસ ઇદા નોટિસ ਦਾ મતલਬ એ ਨਹੀਂ કે ભઈ হাজબન્ડ વાઈફ ਦਾ ਉਥੇ ਰਹਿਣਾ જરૂરી ਹੈ નોટિસ ਦਾ મતલબ એ છે કે ਉਹਨਾਂ ਨੇ ਆਪਣੇ ਬੁਲੇਟਿਨ ਬੋਰਡ ਜਾਂ ਜੋ ਵੀ ਉਹਨਾਂ ਦਾ ਕੋਈ ਆਫੀਸ਼ੀਅਲ ਜੋ ਸਿਸਟਮ ਹੋਏਗਾ ਉਥੇ ਤੁਹਾਡੀ ਇਨਫੋਰਮੇਸ਼ਨ ਚਾਰਟ ਦਿੰਦੇ ਆ ਕਿ ભઈ હા ਕਿਸੇ ਹੋਰ ਨੂੰ ਅਗਰ ਆਬਜੈਕਸ਼ਨ ਹੈ ਅਗਰ ਕਿਸੇ وجہ ਨਾਲ ਅਗਰ ਇਹ ਨਦੀ ਮੈਰਿਜ ਅਗਰ ਜੇ ਨਹੀਂ મતલਬ ਅਗਰ ਕੋਈ ਅਗਰ ਜੇ ਜੇ ਨਹੀਂ ਚਾਹਨਾ ਕਿ ભઈ ਮੈਰਿਜ ਹੋਏ ਤੇ ਉਹ ਸਾਨੂੰ ਦੱਸ ਦੇ ਪਰ ਉਹ ਕਿਸ ਨੂੰ ਪਤਾ ਕਿੱਥੇ ਹੈ ਮਤਲਬ ਪੈਨਸ ਨੂੰ ਤੇ ਚਿੱਠੀ ਕੋਈ ਕੋਈ ਵਖਰੀ ਕੋਈ ਗੈਸਟੇਟ ਅਫਸਰ ਦੀ ਕੋਈ ਚਿੱਠੀ ਆ ਕੋਈ ਕੋਰੀਅਰ ਇਹ ਚਿੱਠੀ ਨਹੀਂ ਜਾਣੀ ਕਰਦੇ ਵੀ ਕਿ ਕਰਨ ਨੂੰ ਪਤਾ ਲੱਜੇ ਕਿ ਵੀ ਇੱਥੇ ਬੈਠੇ ਮੈਰਿਜ ਕਰਾ ਰਹੇ ਇਸ ਤਰ੍ਹਾਂ ਨਹੀਂ ਜਾਣਾ ਹਾਂ 30 ਡੇਸ ਦਾ ਇੱਕ ਕੂਲਿੰਗ ਆਫ ਪੀਰੀਅਡ ਜ਼ਰੂਰ ਹੈ ਵਾਰਮਿੰਗ ਵਾਰਮ ਪੀਰੀਅਡ ਕਹਿ ਲੋ ਇਹ ਕੂਲਿੰਗ ਆਫ ਪੀਰੀਅਡ ਹੈ ਕਿ ਵੀ 30 ਡੇਸ ਬਾਅਦ ਤੁਸੀਂ ਆਇਓ ਜੀ ਸਾਥ ਕੇ ਤੁਸੀਂ ਆਇਓ ਮੈਰੇ ਤੁਹਾਡੀ ਹੋਏਗੀ ਲੇਕਿਨ ਆਫਟਰ 30 ਡੇਸ ਸੋ ਇਹ ਆਈ ਐਮ ਨਾਟ ਸ਼ੋਰ ਕਿ ਦਾ ਆਨਸਰ ਮੇਰੇ ਕੋਲ ਨਹੀਂ ਹੈ ਕਿ ਵੀ 30 ਡੇਸ ਤੁਸੀਂ ਫਿਜ਼ੀਕਲੀ ਉੱਥੇ ਉਸ ਸ਼ਹਿਰ ਵਿੱਚ ਰਹਿਣਾ ਹੈ ਕਿ ਤੁਸੀਂ ਆਪਣੇ ਘਰ ਜਾ ਕੇ ਵਾਪਸ ਫਿਰ ਆ ਸਕਦੇ ਹੋ ਆਫਟਰ ਮੇਬੀ 2-3 ਹਫਤੇ ਬਾਅਦ ਹਾਂ ਜੀ ਹਾਂ ਜੀ ਹਾਂ ਜੀ ਆ ਇਹਦੇ ਬਾਰੇ ਮੈਨੂੰ ਨੌਲੇਜ ਨਹੀਂ ਹੈ ਠੀਕ ਹੈ ਸਰ ਤੇ ਬਸ ਸਰ ਬਾਕੀ ਤਾਂ ਇਹੀ ਜੋ ਸੀ ਕੁਐਸਚਨਸ ਮੈਂ ਤੁਹਾਨੂੰ ਦੱਸਦੇ ਆ ਕਿ ਇਦਾਂ ਹੋਏ ਸੀ ਸਾਰੇ ਤੇ ਸਰ ਇਹਦਾ ਰਿਜ਼ਲਟ ਕਿੰਨੇ ਟਾਈਮ ਤੱਕ ਦਿੰਦੇ ਆ ਇਹਦਾ ਰਿਜ਼ਲਟ ਤੁਹਾਨੂੰ ਦੇ ਦੇਣਾ ਚਾਹੀਦਾ ਜੇ ਹੁਣ ਕੁਝ ਸਵਾਲ ਨਹੀਂ ਰਹਿ ਗਏ ਕੋਈ ਡਾਊਟ ਨਹੀਂ ਰਹਿ ਗਿਆ ਤੇ ਰਿਜ਼ਲਟ ਉਹਨਾਂ ਨੂੰ ਉਹਨਾਂ ਤੇ ਕੋਈ ਚੱਕਰ ਹੀ ਨਹੀਂ ਹੈ ਮਤਲਬ ਕਿ ਵਿਦਨ ਫਿਊ ਵੀਕਸ ਇੱਕ ਆਧ ਹਫਤੇ ਦੇ ਅੰਦਰ ਜਾਂ ਦੋ ਹਫਤੇ ਦੇ ਅੰਦਰ ਤੁਹਾਨੂੰ ਉਹਨਾਂ ਨੇ ਰਿਜ਼ਲਟ ਭੇਜ ਦੇਣਾ ਇੱਕ ਸਪான்ਸਰ ਨੂੰ ਇੱਕ ਤੁਹਾਨੂੰ ਦੋਨਾਂ ਨੂੰ ਠੀਕ ਹੈ ਸਰ ਹਾਂ ਤੇ ਉਹ ਜਿਹੜੇ ਉਹ ਜਿਹੜੇ ਵਕੀਲ ਆ ਜਿਨ੍ਹਾਂ ਨੇ ਫਾਰਮ ਭਰੇ ਸੀ ਤੁਹਾਡੇ ਉਹ ਕਿੱਥੇ ਆ ਜਿਨ੍ਹਾਂ ਦੇ ਫਾਰਮ ਤੁਸੀਂ ਆਪ ਭਰੇ ਸੀ ਜਾਂ ਕਿਸੇ ਕੰਸਲਟੈਂਟ ਨੇ ਫਾਰਮ ਭਰੇ ਨਹੀਂ ਨਹੀਂ ਸਰ ਸਾਡੇ ਮਤਲਬ ਵਕੀਲ ਜਿਹੜੇ ਸੀ ਉਹਨਾਂ ਨੇ ਕਿੱਥੇ ਕੈਨੇਡਾ ਉਹਨਾਂ ਦਾ ਦਫਤਰ ਨਾ ਹਾਂਜੀ ਹਾਂਜੀ ਸਰ हां ਤੇ ਅਗਰ ਜੇ ਉਹਨਾਂ ਦਾ ਨਾਮ ਚੱਲ ਰਿਹਾ ਐਜ਼ ਅ ਅਥਾਰਾਈਜ਼ਡ ਰਿਪਰੈਜ਼ੈਂਟੇਟਿਵ ਉਹਨਾਂ ਨੂੰ ਚਿੱਠੀ ਜਾਏਗੀ ਉਹਨਾਂ ਦੇ ਮੇਲਿੰਗ ਐਡਰੈਸ ਹੈ ਜੋ ਵੀ ਕੋਈ ਈਮੇਲ ਹੋ ਰਿਹਾ ਹੈ ਸਰ ਉਹਨਾਂ ਦੇ ਐਡਰੈਸ ਤੇ ਆਏਗੀ ਹਾਂਜੀ ਹਾਂ ਚਿੱਠੀ ਚਿੱਠੀ ਉਹਨਾਂ ਕੋਲ ਹੀ ਆਏਗੀ ਤੇ ਫਿਰ ਚਿੱਠੀ ਦੇ ਬਾਅਦ ਫਿਰ ਉਹ ਅਗਲਾ ਸਟੈਪ ਉਹ ਕਰ ਸਕਦੇ ਨੇ ਕਿ ਤੁਹਾਨੂੰ ਟਾਈਮ ਦਿੱਤਾ ਜਾਏਗਾ 60 ਡੇਸ ਕਿ ਤੁਸੀਂ ਉਹਨੂੰ ਅਪੀਲ ਕਰ ਸਕਦੇ ਹੋ ਜਿਹੜਾ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਦਾ ਨਾਮ ਹੈ ਇਹ ਇਮੀਗ੍ਰੇਸ਼ਨ ਰੈਫਿਜੀ ਬੋਰਡ ਦਾ ਪੂਰਾ ਬੋਰਡ ਹੁੰਦਾ ਹੈ ਉਹਦੇ ਅ ਜਿਹੜੇ ਅੰਦਰ ਇੱਕ ਸਪਾਊਸ ਅਪੀਲ ਵਾਰੇ ਕਰਦੇ ਹੈ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਨਾਮ ਹੈ ਡਿਵੀਜ਼ਨ ਦਾ ਸੋ ਉੱਥੇ ਜਾ ਕੇ ਤੁਸੀਂ ਵਿਦਨ 60 ਡੇਜ਼ ਅਪੀਲ ਫਾਈਲ ਕਰ ਸਕਦੇ ਹੋ ਡੈਟ ਮੀਨਸ ਕਿ ਤੁਸੀਂ ਆਪਣੇ ਵੀਜ਼ਾ ਆਫੀਸਰ ਦੇ ਐਨਾਲਿਸਿਸ ਜਾਂ ਅਨਦਰ ਡਿਸੀਜਨ ਨਾਲ ਤੁਸੀਂ ਸਹਿਮਤ ਨਹੀਂ ਹੋ ਤੇ ਫਿਰ ਤੁਹਾਡਾ ਜਿਹੜਾ ਫੈਸਲਾ ਹੈ ਉਹ ਜੱਜ ਕਰੇਗਾ ਜੱਜ ਮਤਲਬ ਮੈਂਬਰ ਹੁੰਦਾ ਹੈ ਬੋਰਡ ਦਾ ਤੇ ਉਹ ਤੁਹਾਡੀ ਸੁਣਵਾਈ ਕਰੇਗਾ ਤੇ ਫਿਰ ਉਹਦੇ ਸਾਹਮਣੇ ਫਿਰ ਇਸ ਤਰ੍ਹਾਂ ਦੇ ਕੁਐਸਚਨ ਦੁਬਾਰਾ ਆਣਗੇ ਸਾਰੇ ਕਿਸ ਤਰ੍ਹਾਂ ਮੈਰਿਜ ਹੋਈ ਕੀ ਹੋਇਆ ਵਗੈਰਾ ਵਗੈਰਾ ਮੰਦਰ ਮੈਰਿਜ ਇਹ ਉਹ ਤੇ ਫਿਰ ਕ੍ਰਾਸ ਐਗਜ਼ਾਮੀਨੇਸ਼ਨ ਤੁਸੀਂ ਇੱਕ ਦੂਜੇ ਨਾਲ ਕਰਦੇ ਆ ਜਿਹੜਾ ਜੱਜ ਵੀ ਤੁਹਾਨੂੰ ਪੁੱਛੇਗਾ ਸਵਾਲ ਤੇ ਸਰਕਾਰੀ ਵਕੀਲ ਵੀ ਪੁੱਛੇਗਾ ਇਸ ਤਰ੍ਹਾਂ ਮਤਲਬ ਕ੍ਰਾਸ ਪੂਰਾ ਇਸ ਅ ਫੁੱਲ ਡੇ ਸਵੇਰੇ 8 ਵਜੇ ਤੋਂ ਲੈ ਕੇ 4 ਵਜੇ ਤੱਕ ਇਟਸ ਅ ਇਟਸ ਅ 7 ਆਵਰ 7 ਆਵਰ ਕ੍ਰਾਸ ਐਗਜ਼ਾਮੀਨੇਸ਼ਨ ਇਟਸ ਅ ਬਿਗ ਕ੍ਰਾਸ ਐਗਜ਼ਾਮੀਨੇਸ਼ਨ ਪਹਿਲਾ ਮਤਲਬ ਕਿ ਸਪான்ਸਰ ਨੂੰ ਵਾਈਫ ਨੂੰ ਪੁੱਛਿਆ ਜਾਏਗਾ ਫਿਰ ਵਾਈਫ ਨੂੰ ਫਿਰ ਦੂਸਰਾ ਵਕੀਲ ਕ੍ਰਾਸ ਐਗਜ਼ਾਮੀਨ ਕਰੇਗਾ ਫਿਰ ਤੁਹਾਨੂੰ ਫੋਨ ਤੇ ਫੋਨ ਤੇ ਤੁਹਾਨੂੰ ਲਾਈਨ ਤੇ ਲੈ ਕੇ ਸਪੀਕਰ ਫੋਨ ਤੇ ਤੁਹਾਡਾ ਜਿਹੜਾ ਉਹ ਉਹਨਾਂ ਨੇ ਅਨਾਲਿਸਿਸ ਕਰਨਾ ਹੈ ਫਿਰ ਕ੍ਰੋਸ ਇਸ ਤਰ੍ਹਾਂ ਇਸ ਤਰ੍ਹਾਂ ਚਲੇਗਾ ਠੀਕ ਹੈ ਸਰ ਉਹ ਵੀ ਸਰ ਇੱਕ ਮਤਲਬ ਜੇ ਬੰਦੇ ਦੀ ਇਦਾਂ ਮੈਰਿਜ ਹੋਈ ਹੈ ਤੇ ਉਹਨੂੰ ਮਤਲਬ ਕਿੰਨੀਆਂ ਇਹਨਾਂ ਚੀਜ਼ਾਂ ਚੋਂ ਨੰਗਣਾ ਪੈਂਦਾ ਹੈ ਕਿਉਂਕਿ ਇੱਕ ਇੱਕ ਅਗਰ ਵਕੀਲ ਹੀ ਸਹੀ ਗਾਈਡ ਕਰ ਦੇਵੇ ਬੰਦੇ ਨੂੰ ਇੱਕ ਤੇ ਇੰਨਾ ਕੁਝ ਉਸ ਬੰਦੇ ਮੈਂ ਕਈ ਵਾਰ ਕਈ ਵਾਰ ਮੈਂ ਕਹਿ ਚੁੱਕਿਆ ਐਕਚੁਅਲੀ ਜ਼ਿੰਦਗੀ ਦਾ ਟਾਈਮ ਜ਼ਿੰਦਗੀ ਦਾ ਕੋਈ ਵੀ ਮਸਲਾ ਹੋਣਾ ਰਾਈਟ ਐਡਵਾਈਸ ਐਟ ਦਾ ਰਾਈਟ ਟਾਈਮ ਹਾਂ ਜੀ ਸਰ ਅਗਰ ਸਾਨੂੰ ਰਾਈਟ ਐਡਵਾਈਸ ਐਟ ਦਾ ਰਾਈਟ ਟਾਈਮ ਮਿਲ ਜਾਏ ਤੇ ਜ਼ਿੰਦਗੀ ਦਾ ਮਤਲਬ ਸਮਰ ਸਕਦੀ ਹੈ ਬਿਲਕੁਲ ਸੁਨਹਿਰੀ ਹੋ ਸਕਦੀ ਹੈ ਲੇਕਿਨ ਅਦਰਵਾਇਸ ਕੰਮ ਖਰਾਬ ਹੋ ਸਕਦਾ ਹੈ ਆਈ ਕੈਨ ਟੈਲ ਯੂ ਅਬਾਊਟ ਐਗਜ਼ਾਮਪਲਸ ਫਰਮ ਮਾਈ ਓਨ ਪਰਸਨਲ ਲਾਈਫ ਅਗਰ ਜੇ ਮੈਨੂੰ ਅਗਰ ਕਿਸੇ ਟਾਈਮ ਅਗਰ ਮੈਨੂੰ ਅਗਰ ਰਾਈਟ ਐਡਵਾਈਸ ਮਿਲੀ ਹੁੰਦੀ ਤੇ ਅੱਜ ਮੈਂ ਕੁਝ ਹੋਰ ਮੈਂ ਮਤਲਬ ਕੋਈ ਹੋਰ ਸਟੈਪ ਲੈ ਲਿਆ ਹੁੰਦਾ ਕੁਝ ਹੋਰ ਹੁੰਦਾ ਸੋ ਸੋ ਆਈ ਆਲਵੇਸ ਰਿਸਪੈਕਟ ਪ੍ਰੋਫੈਸ਼ਨਲਸ ਜਿਨ੍ਹਾਂ ਕੋਲ ਸਹੀ ਇਨਫੋਰਮੇਸ਼ਨ ਹੈ ਐਕੂਰੇਟ ਰਾਈਟ ਇਨਫੋਰਮੇਸ਼ਨ ਹੈ ਤੇ ਲੋਡ ਲੋਡ ਅਨੁਸਾਰ ਲੋਡ ਵੇਲੇ ਉਹ ਐਡਵਾਈਸ ਕਿਸ ਨੂੰ ਮਿਲ ਜਾਏ ਤੇ ਮਤਲਬ ਕੋਈ ਮਤਲਬ ਉਹਦਾ ਉਹਦਾ ਕੁਝ ਉਹਦਾ ਉਹਦੇ ਫਾਇਦਾ ਉਹਦਾ ਜਿੰਨਾ ਫਾਇਦਾ ਹੋਏਗਾ ਉਹਦੀ ਕੋਈ ਮੈਜਰੇਬਿਲਟੀ ਕਰ ਸਕਦਾ ਕਿੰਨਾ ਫਾਇਦਾ ਹੋ ਸਕਦਾ ਬਿਲਕੁਲ ਸਰ ਇੰਡੀਆ ਵਿੱਚ ਤਾਂ ਸਰ ਕਈ ਇਦਾਂ ਦੇ ਜਿੱਦਾਂ ਹੁਣ ਵਕੀਲ ਆ ਗਏ ਆ ਇਹਨਾਂ ਨੇ ਮਤਲਬ ਇਹੋ ਜਿਹੇ ਵਕੀਲਾਂ ਨੇ ਮਤਲਬ ਕੁਝ ਵਧੀਆ ਵਕੀਲਾਂ ਦਾ ਨਾਮ ਵੀ ਖਰਾਬ ਕਰਕੇ ਇੱਥੇ ਚੋਰੀ ਵਿਚਾਰੀ ਇੰਨੀ ਜ਼ਿਆਦਾ ਕਰ ਦਿੰਦੀ ਹੈ ਆਪਣੇ ਇੰਡੀਆ ਦੇ ਵਿੱਚ ਇੱਥੇ ਦਿੱਲੀ ਹੋ ਗਿਆ ਜਾਂ ਚੰਡੀਗੜ੍ਹ ਹੋ ਗਿਆ ਕਿਤੇ ਵੀ ਹੈਗੇ ਕਿ ਕੁਝ ਕੁਝ ਸਰ ਗਲਤ ਗਲਤ ਜਿਹੜੇ ਗਾਈਡ ਕਰਦੇ ਨੇ ਬੰਦੇ ਨੂੰ ਤੇ ਸਿੱਖ ਦੇ ਦਾ ਵੀ ਨਾਮ ਖਰਾਬ ਕਰਦੇ ਨੇ ਸਰ ਹੁਣ ਨਿਰਜਾ ਨਿਰਜਾ ਤੁਹਾਡੇ ਕੋਲ ਆਈ ਹੋਈ ਹੈ ਰਹਿ ਰਹੀ ਹੈ ਹੁਣ ਅੱਗੇ ਉਹਦੀ ਪਲਾਨਿੰਗ ਕੀ ਹੈ ਤੁਹਾਡੇ ਇਥੇ ਟਾਈਮ ਸਪੈਂਡ ਕਰੇਗੀ ਜਾਂ ਜਾ ਰਹੀ ਹੈ ਵਾਪਸ ਕਿਸ ਤਰ੍ਹਾਂ ਹੋਏਗਾ ਸਰ ਇੱਥੇ ਰਹਿਣਗੇ ਹੁਣ ਮਾਰਚ ਮਹੀਨੇ ਤੱਕ ਹੈਗੀ ਹੈ ਇਹਨਾਂ ਦੀ ਛੁੱਟੀ 21 ਮਾਰਚ ਤੱਕ ਹੈਗੀ ਹੈ ਸਰ ਮੈਂ ਤੁਹਾਨੂੰ ਇੱਕ ਸਲਾਹ ਦੇ ਦਿਆਂ ਜਾਂਦੇ ਹਾਂ ਦੇ ਸਲਾਹ ਦੇ ਨੇ ਜੇ ਤੁਸੀਂ ਜੇ ਜੇ ਤੁਸੀਂ ਅਗਰ ਵਿਚਾਰ ਕਰੋਗੇ ਤੇ ਕਰ ਲਓ ਬਾਕੀ ਬਾਕੀ ਜੇ ਮੈਂ ਲਿਬਰਟੀ ਲੈ ਕੇ ਤੁਹਾਨੂੰ ਇੱਕ ਐਡਵਾਈਸ ਅਗਰ ਦੇ ਦਿਆਂਗਾ ਤੇ ਤੁਸੀਂ ਇਹਨੂੰ ਕਨਸਿਡਰ ਕਰਨਾ ਹਾਂਜੀ ਸਰ ਨੀਰਜਾ ਨੂੰ ਅਗਰ ਨੀਰਜ ਨੂੰ ਅਗਰ ਤੁਸੀਂ ਇੱਕ ਸਾਲ ਲਈ ਰੋਕ ਲੋ ਇੰਡੀਆ ਅੱਛਾ ਠੀਕ ਹੈ ਸਰ ਠੀਕ ਹੈ ਇੱਕ ਸਾਲ ਇੱਕ ਸਾਲ ਤੁਹਾਡੇ ਨਾਲ ਹੀ ਰਹੇ ਮਤਲਬ ਤੁਹਾਡੇ ਘਰ ਦੇ ਮਤਲਬ ਕੋਹੈਬਿਟੇਸ਼ਨ ਜਿਹਨੂੰ ਇਕੱਠੇ ਰਹੋ ਤੁਸੀਂ ਐਸ ਹਸਬੰਡ ਵਾਈਫ ਹਾਂਜੀ ਹਾਂਜੀ ਆ ਇਸ ਐਪਲੀਕੇਸ਼ਨ ਨੂੰ ਦੁਬਾਰਾ ਫਾਈਲ ਕਰੋ ਠੀਕ ਹੈ ਸਰ ਜਦ ਇੱਕ ਸਾਲ ਤੁਸੀਂ ਇਕੱਠੇ ਰਹਿ ਲੋਗੇ ਫਿਰ ਉਹ ਜੋ ਦੂਸਰੇ ਵੀਜ਼ਾ ਆਫਸਰ ਕੋਲ ਜਿਹੜੇ ਇੰਟਰਵਿਊ ਆਏਗਾ ਦੁਬਾਰਾ ਫਿਰ ਇੰਟਰਵਿਊ ਆਏਗਾ ਫਿਰ ਉਹ ਤੁਹਾਨੂੰ ਮਨਾ ਨਹੀਂ ਕਰ ਸਕੇਗਾ ਅਗਰ ਜੇ ਤੁਸੀਂ 1 ਸਾਲ ਸਪੈਂਡ ਕਰ ਲਿਆ ਤਾਂ ਹੁਣ ਤੱਕ ਮੈਰਿਜ ਦੇ ਬਾਅਦ ਤੁਸੀਂ ਕਿੰਨੇ ਟਾਈਮ ਕਿੰਨੇ ਮਹੀਨੇ ਤੁਸੀਂ ਇਕੱਠੇ ਰਹੇ ਹੋ ਹੁਣ ਤੱਕ ਇਹ ਸਰ 2019 ਤੇ ਜਿੱਦਾਂ ਆਏ ਸੀ ਮਤਲਬ ਮੈਰਿਜ ਕਰਵਾਉਣਾ ਉਦੋਂ 45 ਡੇਜ਼ 2020 ਚ ਆਏ ਸੀ ਫਿਰ ਉਦੋਂ 52 ਡੇਜ਼ ਰਹੇ ਸੀ ਇਹ ਤੇ 2021 ਚ ਜਿੱਦਾਂ ਸ਼ੁਰੂ ਚ ਆਣਾ ਸੀ ਪਹਿਲਾਂ ਫਿਰ ਕੋਵਿਡ ਕਰਕੇ ਇਨਸਟਰਕਸ਼ਨਸ ਬੜੀਆਂ ਆ ਗਈਆਂ ਫਿਰ ਆਏ ਨਹੀਂ ਫਿਰ ਉਸ ਤੋਂ ਬਾਅਦ ਹੁਣ ਆਏ ਆ ਸਰ ਹੁਣ ਇਹ 3 ਮਹੀਨੇ ਲਈ ਆਇਆ 90 ਦਿਨ ਲਈ ਆਇਆ ਸਰ ਜੀ ਟੋਟਲ ਮੇਰੇ ਖਿਆਲ ਹੈ ਕਿ 6 ਤੋਂ 7 ਮਹੀਨੇ ਵੀ ਟੋਟਲ ਸਪੈਂਡਿੰਗ ਕੀਤਾ ਇਸ ਟਾਈਮਸ ਤੁਸੀਂ ਤੁਸੀਂ ਜੋੜ ਜੋੜ ਕੇ ਦੇਖ ਲਓ ਮੋਰਲੈਸ ਰਾਈਟ ਸੋ ਅ ਇਟ ਇਜ਼ ਨਾਟ ਇਨਫ ਕਿਉਂਕਿ ਕਿਉਂਕਿ ਆਲਰੇਡੀ ਤੁਹਾਡੇ ਮੈਰਿਜ ਰਿਲੇਸ਼ਨ ਨੂੰ ਇਹ ਸਸਪੀਸ਼ਨ ਨਾਲ ਦੇਖਦੇ ਆਂ ਤੁਹਾਡਾ ਆਲਰੇਡੀ ਇਹ ਮਤਲਬ ਇਹ ਸੈਟੀਸਫਾਈ ਇਹਨਾਂ ਨੇ ਵੀਜ਼ਾ ਆਪਸ਼ਨ ਜੋ ਵੀ ਨੋਟਸ ਲਿਖੇ ਆ ਉਹ ਲਿਖਤੇ ਦੋ ਵੀ ਹੈ ਸੋ तारीकोल होन गानू गानू तो आरेखल सिर्फ दो ही चॉइस हैं याते तुसी अपील करो अपील टाइम भी वो ही सेम चीज़ रिपीट होएगी सो इट इस नार्ड गोइंग तू बी एनीथिंग डिफरेंट अपील दा खर्च अपील दा खर्चा किसे भी लॉयर ने कनाडा दे लॉयर ने जो इस अपील नू रिप्रेजेंट करना मिनिमम सेवेन ट� 7 ਤੋਂ 10000 ਡਾਲਰ ਤੱਕ ਠੀਕ ਹੈ ਜੀ ਠੀਕ ਹੈ ਉਹਦਾ ਕੀ ਮਤਲਬ ਉਹਨੇ ਰੈਪਰੈਜਨਟੇਸ਼ਨ ਕਰਨਾ ਹੈ ਮਤਲਬ ਜੱਜ ਦੇ ਸਾਹਮਣੇ ਆਪਣੀ ਜਿਹੜੀ ਪ੍ਰੈਜੈਂਟੇਸ਼ਨ ਕਰਨੀ ਉਹਦੀ ਕੀਮਤ ਉਹ ਉਹ ਮਤਲਬ ਉਹਨੇ ਕਰਨੀ ਜਸਟੀਫਾਈ ਕਰਨੀ ਪਰ ਅਗਰ ਜੇ ਤੁਸੀਂ ਅਪੀਲ ਨਹੀਂ ਕਰਨੀ ਮੇਰਾ ਮੇਰਾ ਸੋਚਣਾ ਹੈ ਮੇਰਾ ਦਾਵਾ ਇਸ ਤਰ੍ਹਾਂ ਹੈ ਕਿ ਅਗਰ ਤੁਸੀਂ ਨੀਰਜਨ ਨੂੰ ਕਿਸੇ ਤਰੀਕੇ ਨਾਲ ਉਹਨੂੰ ਅਗਰ ਉਹਦੇ ਕੋਲ ਤਾਂ ਪੀਆਰ ਆਲਰੇਡੀ ਹੈ ਹੂੰ ਹੂੰ PR ਕਾਰਡ ਦੇ ਕੋਲ ਹੈ PR ਕਾਰਡ ਤੇ ਹੁਣ ਤੁਹਾਡੇ ਨਾਲ ਆਊਟਸਾਈਡ ਕੈਨੇਡਾ ਉਹ ਉਹ ਐਟ ਲੀਸਟ 2 ਇਅਰਸ ਪਲੱਸ ਵੀ ਰਹਿ ਸਕਦੀ ਹੈ ਵਿਦਾਊਟ ਐਨੀ ਹਾਰਮ ਓਨ PR ਠੀਕ ਹੈ ਸਰ ਕਿ ਮਤਲਬ ਮੇਰੀ ਕੋਲ ਮੇਰੀ ਕੋਲ ਸਮਝਦੇ ਤੁਸੀਂ PR PR ਉਹਦਾ uh, PR PR ਹੁੰਦਾ ਹੈ 5 ਇਅਰਸ ਦਾ ਹਾਂਜੀ ਸਰ ਹਾਂਜੀ ਆਊਟ ਆਫ 5 ਇਅਰਸ ਉਹ 3 ਸਾਲ ਕੈਨੇਡਾ ਤੋਂ ਬਾਹਰ ਰਹਿ ਸਕਦੀ इजीली ਵਿਦਾਊਟ ਐਨੀ ਡੇਂਜਰ టు ది PR ਸਟੇਟਸ ਠੀਕ ਹੈ ਸਰ ਤੇ ਇਹ ਲਈ ਮੈਂ 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 ਦੱਸਣ ਇੱਕ ਸੈਕਿੰਡ ਇੱਕ ਸੈਕਿੰਡ ਇੱਕ ਸੈਕਿੰਡ ਮੈਂ 3 ਸਾਲ ਤੇ ਕਹਿ ਨਹੀਂ ਰਿਹਾ ਮੈਂ ਤੇ ਕਹਿ ਰਿਹਾ ਕਿ ਸਿਰਫ ਆਊਟ ਆਫ 3 ইয়ার্স ਐਟ ਲੀਸਟ ਅਗਰ ਉਹ ਕੈਨੇਡਾ ਦੀ ਕੁਰਬਾਨੀ ਕੈਨੇਡਾ ਵਿੱਚ ਜੋ ਵੀ ਕੋਈ ਜੌਬ ਹੈ ਜੋ ਵੀ ਕੁਝ ਹੈ ਉਹਨੂੰ ਸਾਰਾ ਤਿਆਗ ਕਰਕੇਗਾ ਤੁਹਾਡੇ ਕੋਲ ਹਸਬੰਡ ਕੋ ਹਸਬੰਡ ਦੇ ਨਾਲ ਹੀ ਰਹਿ ਰਹੀ ਹੈ ਅਗਰ ਹਸਬੰਡ ਦੇ ਨਾਲ ਅਗਰ ਉਹ 1 ਸਾਲ ਰਹਿ ਰਹਿ ਜਾਏਗੀ ਤੇ ਡੈਫੀਨਿਟਲੀ ਤੁਸੀਂ ਆਪਣੀ ਦੁਬਾਰਾ ਐਪਲੀਕੇਸ਼ਨ ਕਰ ਦਿਓ ਤੇ ਅਗਲੀ ਵਾਰ ਤੁਹਾਡੀ ਐਪਲੀਕੇਸ਼ਨ ਮੈਂ ਆਪ ਕਰਾਂਗਾ ਫਿਰ ਅਗਲੇ ਸਾਲ ਵੈਨ ਯੂ ਹੈਵ 1 ইয়ার প্লাস ਯਾ ਓਕੇ ਸਰ ਤੇ ਸਰ ਜਿੱਦਾਂ ਮਤਲਬ 6 ਮਹੀਨੇ ਇਹਦੇ ਲਈ ਕੋਈ ਪਰਮਿਸ਼ਨ ਦੀ ਲੋੜ ਤਾਂ ਨਹੀਂ ਪੈਂਦੀ ਕਿਉਂਕਿ ਜਿੱਦਾਂ ਹੁਣ ਕਹਿੰਦੇ ਕਿ 6 ਮਹੀਨੇ ਤੋਂ ਬਾਅਦ ਸਟੇ ਨਹੀਂ ਕਰ ਸਕਦੇ ਇਦਾਂ ਦੇ ਕੋਈ ਉਹ ਤਾਂ ਨਹੀਂ ਹੈਗਾ ਨਹੀਂ 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 ਇਹ ਨਹੀਂ ਇਹ ਕੋਲ ਇੰਡੀਅਨ ਪਾਸਪੋਰਟ ਹੈ ਨਾ ਹਾਂਜੀ ਇੰਡੀਅਨ ਪਾਸਪੋਰਟ ਆ ਸਰ ਇਹ ਬਸ ਇਹਨੂੰ ਇਹਨੂੰ ਕੋਈ ਪਰਮਿਸ਼ਨ ਦੀ ਲੋੜ ਨਹੀਂ ਹੈ ਨਾ ਨਾ ਕੈਨੇਡੀਅਨ ਸਰਕਾਰ ਤੋਂ ਪਰਮਿਸ਼ਨ ਦੀ ਲੋੜ ਹੈ ਨਾ ਭਾਰਤ ਸਰਕਾਰ ਤੋਂ ਪਰਮਿਸ਼ਨ ਦੀ ਲੋੜ ਹੈ ਆਰਾਮ ਨਾਲ ਇੱਥੇ ਰਹਿ ਸਕਦੇ ਕੋਈ ਚੱਕਰ ਨਹੀਂ ਕੋਈ ਨੂੰ ਆ ਕੋਈ ਵੀ ਇਸ ਤਰ੍ਹਾਂ ਦੀ ਕੋਈ ਇਲੀਗਲ ਕੋਈ ਰੈਸਟ੍ਰਿਕਸ਼ਨ ਨਹੀਂ ਆ ਰਹੇ ਨੇ ਕੁਝ ਕੁਝ ਕਹਿ ਰਹੀ ਹੈ ਕੁਝ ਕੁਝ ਕਹਿ ਰਹੀ ਹੈ ਕੁਝ ਸਵਾਲ ਪੁੱਛਣਾ ਹੈ ਤੁਸੀਂ ਤਾਂ ਕੀ ਹੈ ਗੋ ਹੈਡ ਆ ਮੈਂ ਮੈਂ ਅੱਜ ਬਿਲਕੁਲ ਮੂਡ ਮੈਂ ਅੱਜ ਬਿਲਕੁਲ ਮੂਡ ਤੇ ਆ ਕੇ ਗੱਲ ਕਰ ਰਿਹਾ ਤੁਸੀਂ ਜੋ ਮਰਜੀ ਸਵਾਲ ਪੁੱਛਣਾ ਹੈ ਪੁੱਛੀ ਚਲੋ ਤੁਸੀਂ ਡੋਨਟ ਵਰੀ ਬਾਰੇ ਪ੍ਰੈਗਨੈਂਸੀ ਦੇ ਕੇਸ ਚ ਸਰ ਪੁੱਛਦੇ ਸੀ ਕਿ ਮਦਰ ਉਹ ਉਹ ਕੋਈ ਚੱਕਰ ਨਹੀਂ ਅਗਰ ਜੇ ਪ੍ਰੈਗਨੈਂਟ ਪ੍ਰੈਗਨੈਂਟ ਹੈ ਉਸ ਵਕਤ ਨਹੀਂ ਸਰ ਸ਼ੋਰ ਨਹੀਂ ਹੈਗਾ ਬਿਕੋਜ਼ ਸਬ ਤੁਸੀਂ ਫਿਰ ਤੁਸੀਂ ਇਸ ਤਰ੍ਹਾਂ ਕਰੋ ਫਿਰ ਥੈਟਸ ਓਕੇ ਥੈਟਸ ਓਕੇ ਅਗਰ ਤੇ ਉਹ ਪ੍ਰੈਗਨੈਂਟ ਹੋ ਗਈ ਤਾਂ ਹਾਂ ਪ੍ਰੈਗਨੈਂਸੀ ਪ੍ਰੈਗਨੈਂਸੀ ਲਈ ਇਟ ਇਜ਼ ਬੈਟਰ ਕਿ ਉਹ ਡਿਲੀਵਰੀ ਕੈਨੇਡਾ ਹੋਏ ਕਿਉਂਕਿ ਬੱਚਾ ਤੁਹਾਡਾ ਸਿਟੀਜ਼ਨ ਬਣੇਗਾ ਤੇ ਉਥੇ ਖਰਚਾ ਵੀ ਦਾ ਸਾਰਾ ਕਵਰ ਹੋ ਜਾਏਗਾ ਇੰਡੀਆ ਤੇ ਵੀ ਚਲੋ ਇਸ ਓਕੇ ਇਸ ਹਰ ਡਿਜ਼ਾਇਰ ਪਰ ਪ੍ਰੈਗਨੈਂਸੀ ਹੋ ਗਈ ਤੇ ਫਿਰ 6 ਮਹੀਨੇ ਏਟਲੀਸਟ 6 ਮਹੀਨੇ ਬਾਅਦ ਚਲੀ ਜਾਏ No problem 6 ਮੰਥਸ ਟੂ 8 ਮੰਥਸ 9 ਮੰਥਸ ਜਿੰਨਾ ਟਾਈਮ ਉਹ ਖੇਚ ਸਕਦੀ ਹੈ ਇਥੇ ਰਹਿ ਲੈ ਉਹ ਚੱਕਣੇ ਠੀਕ ਆ ਸਰ ਤੇ ਉਸ ਤੋਂ ਬਾਅਦ ਸਰ ਫਿਰ ਦੁਬਾਰਾ ਫਾਈਲ ਲਈਏ ਜੇ ਮਤਲਬ ਸਹੀ ਰਹੀ ਜਾਨੀ ਫਾਈਲ ਤੇ ਐਸ ਐਂਡ ਫਾਈਲ ਤੇ ਤੁਹਾਨੂੰ ਦੁਬਾਰਾ ਲਾਣੀ ਹੀ ਪੈਗੀ ਫਾਈਲ ਜਾਂ ਤੇ ਦੁਬਾਰਾ ਦੂਸਰੀ ਫਾਈਲ ਨੂੰ ਤੁਸੀਂ ਲਾਂਚ ਕਰੋ ਜਾਂ ਤੇ ਫਿਰ ਜਿਹੜੀ ਅਪੀਲ ਕਰੋ ਅਪੀਲ ਵਿੱਚ ਮੈਨੂੰ ਕੋਈ ਜਦ ਤੱਕ ਤੁਸੀਂ ਕੋਈ ਕੋਹੈਬਿਟੇਸ਼ਨ ਤੁਹਾਡੀ ਡਿਵੈਲਪ ਨਹੀਂ ਹੁੰਦੀ ਅਪੀਲ ਦਾ ਵੀ ਮੈਨੂੰ ਕੋਈ ਪੋਜ਼ਿਟਿਵ ਰਿਸਪੌਂਸ ਮੈਂ ਮੈਂ ਇਸ ਤਰ੍ਹਾਂ ਤੁਹਾਨੂੰ ਫੀਲ ਨਹੀਂ ਕਰ ਸਕਦਾ ਕਿ ਵੀ ਪੋਜ਼ਿਟਿਵ ਉੱਥੇ ਰਿਸਪਾਂਸ ਆਏਗਾ ਕੋਈ ਕਿਉਂਕਿ ਉਹ ਉੱਥੇ ਵੀ ਉੱਥੇ ਵੀ ਜਜ ਜਿਹੜੇ ਆਪੋਜ਼ਿਟ ਵਕੀਲਾਂ ਨੇ ਜਿਹੜੇ ਗਵਰਨਮੈਂਟ ਕਾਉਂਸਲ ਨੇ ਸੇਮ ਸਵਾਲ ਪੁੱਛਣਾ ਹੈ ਕਿ ਵੀ ਮੰਦਰ ਕਿਉਂ ਗਏ ਉੱਥੇ ਆ ਨਹੀਂ ਹੋਇਆ ਜੀ ਤੁਸੀਂ ਪਹਿੰਜ ਕਿਉਂ ਲੈ ਕੇ ਗਏ ਦੇ ਆਰ ਦਾ ਸੇਮ ਫੈਕਟਸ ਜਿਹੜੇ ਫੈਕਟਸ ਫੈਕਟਸ ਤੇ ਚੇਂਜ ਨਹੀਂ ਹੋਣੇ ਠੀਕ ਹੈ ਸਰ ਠੀਕ ਹੈ ਓਕੇ ਸਰ ਦੱਸ ਸਰ ਇਹੋ ਸੀ ਸਾਡੇ ਜੋ ਵੀ ਫਾਇਦਾ ਤੁਸੀਂ ਡਿਸਕਸ ਕੀਤੇ ਸਰ ਥੈਂਕ ਯੂ ਬਹੁਤ काम बने एंड आई रियली विश यू बेस्ट बेस्ट ऑफ लक फॉर फ्यूचर जो भी कुछ होटा चैनी बाकी हो सकता है कि डेल्टा ओमिक्रॉन वगैरह कुछ ठीक हो जाए तो मैं भी मैं आप सोच रहा इंडिया आंदा इन द मंथ ऑफ फेबर ਹੈ ਤੇ ਬੜਾ ਔਖਾ ਸਫਰ ਕਰਨਾ ਲੇਕਿਨ ਆਈ ਰੀਅਲੀ ਵਾਂਟਡ ਟੂ ਕਮ ਟੂ ਇੰਡੀਆ ਜੇ ਆਈ ਡੋਨਟ ਨੋ ਕਿ ਮੇਰਾ ਡਿਸੀਜਨ ਐਸ ਵੈਲ ਅ ਨੀਮ ਹੈ ਵੇਟ ਐਂਡ ਵਾਚ ਚੱਲ ਰਿਹਾ ਹੈ ਡੈਲਟਾ ਡਲਟਾ ਓਮਿਕਰੋਨ ਦਾ ਜੇ ਅਗਰ ਜੇ ਕਲੀਅਰ ਹੋ ਗਿਆ ਤੇ ਹੋ ਸਕਦਾ ਕਿ ਇਨ ਦਾ ਮੰਥ ਆਫ ਲਾਸਟ ਵੀਕ ਆਫ ਫੈਬਰੂਰੀ ਯਾ ਮੇਬੀ अर्ਲੀ ਮਾਰਚ ਤੇ ਜ਼ਰੂਰ ਤੁਸੀਂ ਆ ਕੇ ਮਿਲ ਕੇ ਜਾਣਾ ਮੈਂ ਚੰਡੀਗੜ੍ਹ ਮੈਂ ਜ਼ਰੂਰ ਉੱਥੇ ਮੈਂ ਜਾਣਾ ਹੋਣਾ ਐਕਚੁਅਲੀ ਆਈ 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 ਵਿਲ ਕਮ ਐਂਡ ਸਟੇ ਇਨ ਚੰਡੀਗੜ੍ਹ ਮੈਸੇਜ ਜਰੂਰ ਕਰਿਓ ਸਰ ਜਦੋਂ ਆਓਗੇ ਜੀ 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 ਠੀਕ ਥੈਂਕ ਯੂ ਥੈਂਕ ਯੂ ਚਲੋ ਥੈਂਕ ਯੂ ਸਾਰੇ ਨੂੰ ਸਾਰੇ ਨੂੰ ਸਤਿ ਸ਼੍ਰੀ ਅਕਾਲ ਆਪਣੇ ਫੈਮਿਲੀ ਮੈਂਬਰਸ ਨੂੰ ਸਾਰੇ ਨੂੰ ਤੇ ਨੀਰਜਾ ਨੂੰ ਵੀ ਮੇਰੇ ਵੱਲੋਂ ਯੂ نو ਬੈਸਟ ਵਿਸ਼ਸ ਥੈਂਕ ਯੂ ਸਰ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਨੀਰਜਾ ਥੈਂਕ ਯੂ ਨੀਰਜਾ ਟੇਕ ਕੇਅਰ ਗੁੱਡ ਲੱਕ ਥੈਂਕ ਯੂ ਸਰ ਬਾਏ ਬਾ ਬਾ ਫਾਇਰ